ਦੇਖਦੇ ਹੀ ਨਾ ਇੰਝ ਲੱਗਦਾ ਵੀ ਮੇਲਾ ਲੱਗਣ ਲੱਗਿਆ ਜਾਂ ਕਿਤੇ ਮੇਲਾ ਸਜਣ ਲੱਗਿਆ ਜਾਂ ਆਪਾਂ ਅਸੀਂ ਮੇਲੇ 'ਤੇ ਚੱਲ ਲੱਗੇ ਹਾਂ, ਤਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਮੇਲੇ ਨੂੰ ਚੱਲ ਮੇਰੇ ਨਾਲ ਜੁੜੇ। ਅੱਜ ਆਪਣੇ ਸਿਤਾਰੇ ਪ੍ਰੋਗਰਾਮ 'ਚ ਆਪਾਂ ਮੇਲੇ ਦੇ ਨਜ਼ਾਰੇ ਲਵਾਂਗੇ, ਗੀਤਾਂ ਦੇ ਨਜ਼ਾਰੇ ਲਵਾਂਗੇ। ਕਬੂਲ ਕਰੋ, ਸਵੀਕਾਰ ਕਰੋ ਜਗਦੀਪ ਵੱਲੋਂ। ਗੁੱਡ ਈਵਨਿੰਗ, ਨਮਸਤੇ, ਸਲਾਮ ਅਲੈਕਮ ਅਤੇ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਗੁਰਦੇਵ। ਹੋਰ ਸੁਣਿਓ, ਕੀ ਹਾਲ ਚਾਲ, ਕੀ ਹਾਲ ਚਾਲ ਤੁਹਾਡਾ, ਕਿੱਥੇ ਪ੍ਰੋਗਰਾਮ ਦੇਖ ਰਹੇ ਹੋ, ਕਿਹੜੇ ਮਜ਼ਾਕ 'ਚ ਦੇਖ ਰਹੇ ਹੋ, ਆਪਣੇ ਘਰਾਂ 'ਚ ਦੇਖ ਰਹੇ ਹੋ, ਦੁਕਾਨਾਂ 'ਚ ਦੇਖ ਰਹੇ ਹੋ, ਰੈਸਟੋਰੈਂਟ 'ਚ ਦੇਖ ਰਹੇ ਹੋ, ਜਿਹੜੇ ਦੇਸ਼ ਵਿੱਚ ਦੇਖ ਰਹੇ ਹੋ, ਜਿਹੜੇ ਵਿਦੇਸ਼ ਵਿੱਚ ਦੇਖਦੇ ਹੋ, ਸਭ ਦਾ ਹੀ ਸਵਾਗਤ ਕਰਾਂਗੇ। ਤੁਹਾਨੂੰ ਪਤਾ ਕਿ ਆਪਣੇ ਸਿਤਾਰੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਕਲਾਕਾਰ ਕਲਾਕਾਰਾਂ ਆਉਂਦੇ ਨੇ, ਭੰਗੜੇ ਵਾਲੇ, ਗਿੱਧੇ ਵਾਲੇ, ਪੋਇਟਸ ਆਉਂਦੇ ਆ, ਮਿਊਜੀਸ਼ੀਅਨਸ ਆਉਂਦੇ ਆ, ਬਾਲੀਵੁੱਡ, ਹਾਲੀਵੁੱਡ, ਲਾਲੀਵੁੱਡ, ਪੋਲੀਵੁੱਡ, ਸਾਰੇ ਪਾਸਿਓਂ ਆਉਂਦੇ ਆ। ਸੋ ਅੱਜ ਜੋ ਮੇਰੇ ਕੋਲ ਕਲਾਕਾਰਾਂ ਆਈ ਹੈ, ਸ਼ੀ ਇਜ਼ ਬਿਊਟੀਫੁੱਲ, ਸ਼ੀ ਹੈਜ਼ ਗੋਟ ਬਿਊਟੀਫੁੱਲ ਬੁਲੰਦ ਆਵਾਜ਼, ਵਨ ਐਂਡ ਓਨਲੀ ਜਸਵਿੰਦਰ ਜੱਸੀ ਜੀ ਦਾ ਅਸੀਂ ਸਵਾਗਤ ਕਰਾਂਗੇ, ਵੈਲਕਮ ਕਰਾਂਗੇ। ਵੈਲਕਮ ਟੂ ਦ ਸ਼ੋ ਜੀ, ਸਤਿ ਸ਼੍ਰੀ ਅਕਾਲ ਜੀ, ਜੈ ਗੁਰਦੇਵ। ਕੰਛ ਟੀ ਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਗੁਰਦੇਵ, ਧੰਨ ਗੁਰਦੇਵ, ਅਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਗਦੀਪ। ਘੁੱਟ ਕੇ ਪਿਆਰ, ਘੁੱਟ ਕੇ ਪਿਆਰ, ਘੁੱਟ ਕੇ ਪਿਆਰ ਵੀ ਤਾਂ ਹੋਣਾ ਚਾਹੀਦਾ ਹੈ ਨਾ, ਇੱਦਾਂ ਕਰ ਲਈਏ। ਹਾਂਜੀ, ਹਾਏ ਹਾਏ, ਇਹ ਤਾਂ ਕਿਸੇ ਨੇ ਨਹੀਂ ਕੀਤਾ ਹੋਣਾ ਅੱਜ ਤੱਕ, ਮੈਨੂੰ ਟੱਚ ਕਰਨ ਦਾ ਕਿਸੇ ਨੇ ਨਹੀਂ ਉਹ ਕੀਤਾ, ਮੈਂ ਤਾਂ ਕਰ ਲੈਂਦਾ ਹੈ ਨਾ, ਬਿਕੋਜ਼ ਯੂ ਲਵ ਮੀ, ਆਈ ਲਵ ਯੂ। ਮੈਂ ਦੇਖਦੀ ਨਹੀਂ, ਚੈੱਕ ਕਰਦੀ ਨਹੀਂ ਵੀ ਕੋਈ ਕਰੰਟ ਮਾਰਦਾ ਕਿ ਨਹੀਂ। ਅੱਛਾ, ਅੱਜ ਸਾਡੇ ਨਾ ਰਾਣੀ ਜੀ ਵੀ ਆਏ ਹੋਏ ਹੈ ਅਤੇ ਨਾਲ ਜੱਸੀ, ਦੂਸਰੀ ਜੱਸੀ ਵੀ ਆਈ ਹੋਈ ਹੈ, ਅਤੇ ਉਹਨਾਂ ਨੂੰ ਸਾਡਾ ਸਟਾਫ ਕਹਿੰਦਾ ਵੀ ਇਹ ਸਾਡੀ ਜਾਨ ਏ ਮਨ ਹੈ। ਰਾਣੀ ਜੀ ਕਹਿੰਦੀ ਜਗਦੀਪ ਤਾਂ ਸਾਰਿਆਂ ਦੀ ਜਾਨ ਏ ਮਨ ਹੈ। ਠੀਕ ਠੀਕ ਨਹੀਂ ਗੱਲ, ਸਾਡੀ ਵੀ ਜਾਨ ਏ ਮਨ ਹੈ। ਹਾਂਜੀ, ਮੈਂ ਤਾਂ ਕਿਹਾ ਮੈਂ ਤਾਂ ਸਾਰਿਆਂ ਦੀ ਜਾਨ ਏ ਮਨ ਹੈ। ਸੋ ਦੋਸਤੋ, ਇਹਨਾਂ ਨਾਲ ਸਾਡਾ ਹਸੀ ਮਜ਼ਾਕ ਵੀ ਚੱਲਦਾ ਰਹਿੰਦਾ ਕਿਉਂਕਿ ਸਾਡੀ ਕੈਮਿਸਟਰੀ ਬਹੁਤ ਮਿਲਦੀ ਇੱਕ ਦੋਨਾਂ ਦੀ, ਯੂ ਨੋ। ਪਰ ਇਹਨਾਂ ਦਾ ਗੀਤ, ਜਿਹੜਾ ਗੀਤ ਨਹੀਂ, ਆਈ ਵੁੱਡ ਸੇ ਬੋਲੀਆਂ, ਬੰਬੀਹਾ ਬੋਲੀਆਂ, ਉਹ ਬੜੀਆਂ ਹੀ ਜ਼ਬਰਦਸਤ ਹੈ। ਵੈਸੇ ਮੈਂ ਮੰਮੀ ਜੀ ਨੂੰ ਕਹਾਂਗੀ ਥੋੜ੍ਹੀ ਜਿਹੀ ਕੱਢ ਲੈਣ, ਤਾਂ ਉਹ ਥੋੜ੍ਹੀਆਂ ਜਿਹੀਆਂ ਜੇ ਦਿਖਾ ਵੀ ਦੇਣ ਤੁਹਾਨੂੰ। ਮੈਂ ਨਾ ਐਕਚੁਲੀ, ਮੇਰੀ ਫੋਲਟ ਹੈ, ਮੈਂ ਉਹਨਾਂ ਨੂੰ ਪਹਿਲਾਂ ਹੀ ਨਹੀਂ ਕਿਹਾ ਕਿ ਬੋਲੀਆਂ, ਵੈਸੇ ਤਾਂ ਸਾਡੇ ਕੰਛ ਟੀ ਵੀ 'ਤੇ ਚੱਲ ਰਹੀਆਂ, ਬੜੀ ਵਾਰੀ ਲੱਗਦੀਆਂ ਬੋਲੀਆਂ, ਅਤੇ ਮੈਂ ਉਹਨਾਂ ਨੂੰ ਅੱਜ ਕਿਹਾ ਨਹੀਂ ਮੰਮੀ ਜੀ ਨੂੰ, ਨਹੀਂ ਤਾਂ ਹੀ ਵੁੱਡ ਹੈਵ ਡਨ ਦੈਟ, ਯੂ ਨੋ, ਪਹਿਲਾਂ ਆਪਾਂ ਵੈਸੇ ਲਾਈਵ ਸੁਣਾ ਦਿੰਦੇ। ਹਾਂ, ਇਹ ਵੀ ਗੱਲ ਠੀਕ ਹੈ ਕਿ ਤੁਸੀਂ ਲਾਈਵ ਸੁਣਾ ਦਿੰਦੇ। ਸੋ ਦੋਸਤੋ, ਤੁਸੀਂ ਵੈਸੇ ਕੰਛ ਟੀ ਵੀ 'ਤੇ ਦੇਖੀਆਂ ਹੋਣੀਆਂ ਬਹੁਤ ਇਹਨਾਂ ਦੀਆਂ ਜ਼ਬਰਦਸਤ ਬੰਬੀਹਾ ਬੋਲੀਆਂ, ਪਹਿਲਾਂ ਆਪਾਂ ਉਸ ਬਾਰੇ ਗੱਲ ਕਰਾਂਗੇ, ਫਿਰ ਇਹਨਾਂ ਦੀ ਕਹਾਣੀ, ਇਹਨਾਂ ਦੀ ਜ਼ੁਬਾਨੀ ਅਸੀਂ ਸੁਣਾਂਗੇ ਕਿ ਜਿਹੜੇ ਸਾਡੇ ਨਵੇਂ ਦਰਸ਼ਕ ਜੁੜੇ ਆ ਨਾਲ, ਕਿ ਕਿੱਥੋਂ ਸ਼ੁਰੂ ਹੋਏ, ਕਿਸ ਤਰ੍ਹਾਂ ਸ਼ੁਰੂ ਹੋਏ, ਗੀਤ ਸੰਗੀਤ ਦਾ ਪਿਆਰ ਕਿਵੇਂ ਪਿਆ, ਉਹ ਸਾਰੀਆਂ ਗੱਲਾਂ ਇਹਨਾਂ ਨਾਲ ਆਪਾਂ ਕਰਾਂਗੇ ਅੱਜ। ਬਿਲਕੁਲ ਹੀ ਅੱਛਾ, ਪਹਿਲਾਂ ਆਪਾਂ ਬੰਬੀਹਾ ਬੋਲੀਆਂ ਦਾ ਹੀ ਗੱਲ ਕਰੀਏ। ਜੀ ਜੀ, ਇਹ ਕਿਹਨੇ ਲਿਖੀਆਂ? ਇਹ ਜੀ ਆਪਣੇ ਰੋਮੀ ਬੈਂਸ ਆ ਜੀ, USA ਤੋਂ ਮੁੰਡਾ। ਅੱਛਾ, ਨੇੜੇ ਤੇੜੇ ਨਹੀਂ ਲੈਂਦੇ ਤੁਸੀਂ? ਨੇੜੇ ਤੇੜੇ ਆਪਾਂ ਨਹੀਂ, ਸਿਟੀ ਲਾਈ ਦੀ ਹੈ ਕਿ ਦੂਰ ਦੇ ਢੋਰ ਸਹਾਵਣੇ ਹੁੰਦੇ ਆ। ਅੱਛਾ, ਇਹ ਸਿਆਣਿਆਂ ਦੀ ਕਹਾਵਤ ਹੈ, ਮੈਂ ਤੁਹਾਨੂੰ ਬਹੁਤ ਸਾਰੀਆਂ ਕਹਾਵਤਾਂ ਦੱਸ ਦਿੰਦੀ, ਤੁਸੀਂ ਕਹਿੰਦੇ ਜੱਸੀ ਇਹ ਕਹਾਵਤਾਂ ਕਿੱਥੋਂ ਸਿੱਖਦੀ ਤੂੰ, ਹੈ ਨਾ? ਆਈ ਨੋ, ਜਦੋਂ ਤੁਹਾਡੇ ਨਾਲ ਗੱਲ ਹੁੰਦੀ ਹੈ ਕਹਿੰਦੇ ਵੀ ਦੂਰ ਦੇ ਢੋਰ ਸੁਹਾਵੇ ਹੁੰਦੇ ਆ, ਹੈ ਨਾ, ਵੀ ਦੂਰੋਂ ਦੂਰੋਂ ਜਾਰੀ ਸੁਹਾਵੇ ਕਿ ਸੁਹਾਵਣੇ ਸੁਹਾਵਣੇ ਅੱਛਾ ਸੁਹਾਵੇ ਸੁਹਾਵਣੇ ਇੱਕ ਹੀ ਗੱਲ ਹੁੰਦੀ ਹੈ। ਅੱਛਾ, ਲੈ ਮੈਂ ਤਾਂ ਆਪਣੇ ਆਪ ਨੂੰ ਬੜੀ ਪ੍ਰੋਪਰ ਪੰਜਾਬਣ ਕਹਿਣ ਲੱਗੀ ਸੀਗੀ ਵੀ ਮੈਂ ਪੰਜਾਬੀ, ਮੈਨੂੰ ਆਉਂਦੀ ਹੈ ਜ਼ਿਆਦਾ, ਅਸੀਂ ਵੀ ਮਾੜਾ ਮੋਟਾ ਦਬੜੂ ਘੁੱਟੜੂ ਕਰ ਲਈ, ਹੁਣ ਤੁਹਾਨੂੰ ਦਬੜੂ ਘੁੱਟੜੂ ਦਾ ਨਹੀਂ ਪਤਾ ਲੱਗਿਆ। ਅੱਛਾ, ਅਤੇ ਉਹਨਾਂ ਨੇ ਲਿਖੀਆਂ ਇਹ ਬੋਲੀਆਂ ਜੀ? ਉਹਨਾਂ ਨੇ ਕਾਫੀ ਦੇਰ ਹੋ ਗਈ ਸੀਗੀ ਜਦੋਂ ਵਾਇਰਸ ਚੱਲਦਾ ਸੀਗਾ, ਉਸ ਟਾਈਮ 'ਚ ਮੈਂ ਇਹ ਬੋਲੀਆਂ ਕੀਤੀਆਂ ਸੀਗੀਆਂ, ਪਰ ਫਿਰ ਅਸੀਂ
ਚਾਰ ਸਾਲ ਵੇਟ ਕਰਦੇ ਰਹੇ, ਫਿਰ ਦੁਬਾਰਾ ਅਸੀਂ ਮਿਊਜ਼ਿਕ ਵੀ ਉਹਦਾ ਦੁਬਾਰਾ ਫੇਰ ਕੀਤਾ। ਕਿਹਨੇ ਕੀਤਾ ਮਿਊਜ਼ਿਕ? ਮਿਊਜ਼ਿਕ ਅਸੀਂ ਕਰਵਾਇਆ ਜੀ ਇੰਡੀਆ ਤੋਂ। ਓਕੇ। ਜਗਜੀਤ ਆ ਮੁੰਡਾ, ਉਹਨਾਂ ਦੇ ਕੋਲੋਂ ਕਰਵਾਇਆ ਸੀਗਾ। ਜਗਜੀਤ? ਹਾਂਜੀ ਹਾਂਜੀ। ਤੁਸੀਂ ਯਕੀਨ ਨਹੀਂ ਕਰਨਾ ਕਿ ਮੇਰੇ ਡੈਡੀ ਦਾ ਨਾਮ ਜਗਜੀਤ ਸਿੰਘ ਸੀ। ਅੱਛਾ ਜੀ, ਇੱਕ ਗਜ਼ਲ ਗਾਇਕ ਵੀ ਹੋਇਆ ਜਗਜੀਤ ਸਿੰਘ ਜੀ। ਜਗਜੀਤ ਸਿੰਘ, ਉਹਨਾਂ ਨੇ ਜਦੋਂ ਮੈਂ ਉਹਨਾਂ ਦੀ ਇੰਟਰਵਿਊ ਕੀਤੀ, ਮੈਂ ਉਹਨਾਂ ਨੂੰ ਵੀ ਦੱਸਿਆ ਸੀ ਕਿ ਮੇਰੇ ਫਾਦਰ ਦਾ ਨਾਮ ਜਗਜੀਤ ਸਿੰਘ ਸੀ। ਜੀ ਜੀ ਜੀ। ਅੱਛਾ, ਅਤੇ ਫਿਰ ਚਾਰ ਸਾਲ ਬਸ ਇਹ ਸਿਲਸਿਲਾ ਸਾਡਾ ਚੱਲਦਾ ਰਿਹਾ। ਚਾਰਾਂ ਸਾਲ ਬੋਲੀਆਂ ਦਾ ਚਾਰ ਸਾਲ ਤੋਂ ਸਿਲਸਿਲਾ ਚੱਲ ਰਿਹਾ। ਹਾਂਜੀ, ਕੀ ਬਾਤ ਹੈ। ਵਿੱਚ ਮੈਂ ਹੋਰ ਵੀ ਗਾਣੇ ਕੀਤੇ ਸੀਗੇ, ਪਰ ਫਿਰ ਮੈਂ ਸੋਚੀ ਗਈ ਵੀ ਕਿਹੜਾ ਗਾਣਾ ਪਹਿਲਾਂ ਕੱਢਾਂ, ਕਿਹੜਾ ਗਾਣਾ ਕੱਢਾਂ। ਉਸ ਤੋਂ ਪਹਿਲਾਂ ਬੋਲੀਆਂ ਕਾਫੀ ਦੇਰ ਦੀਆਂ ਹੋਈਆਂ ਸੀ। ਉਸ ਤੋਂ ਪਹਿਲਾਂ ਫਿਰ ਮੈਂ ਇੱਕ ਗਾਣਾ ਮੈਂ ਹੋਰ ਕੱਢਿਆ ਸੀ ਬਾਬਲ। ਤਾਂ ਉਹ ਬਾਬਲ ਮੈਂ ਜਿੱਥੇ ਵੀ ਫਰੈਂਡਲੀ ਕਿਤੇ ਵੀ ਮੈਂ ਗਾਉਂਦੀ ਸੀ, ਮਹਿਫਲ ਦੇ ਵਿੱਚ ਜਾਂ ਕਿਤੇ ਵੀ, ਤਾਂ ਲੇਡੀਜ਼ ਬਹੁਤ ਉਸਨੂੰ ਹੰਗਾਰਾ ਦੇ ਰਹੀਆਂ ਸੀਗੀਆਂ ਵੀ ਤੇਰਾ ਗਾਣਾ ਬਹੁਤ ਸੋਹਣਾ ਹੈ, ਨਾਲੇ ਤੁਹਾਡੇ ਲੇਡੀ ਸੰਗੀਤ ਨਾਲ ਬਿਲਕੁਲ। ਹਾਂਜੀ ਹਾਂਜੀ। ਤਾਂ ਵੀ ਕਹਿੰਦੇ ਤੁਸੀਂ ਇਹ ਗਾਣਾ ਕਰੋ, ਫਿਰ ਮੈਂ ਸਭ ਤੋਂ ਪਹਿਲਾਂ ਬਾਬਲ ਗਾਣਾ ਫਿਰ ਮੈਂ ਕੱਢ ਦਿੱਤਾ ਸੀਗਾ। ਅੱਛਾ, ਹਾਂਜੀ। ਹੁਣ ਬਾਬਲ ਦਾ ਗਾਣਾ ਸੁਣਾ ਕੇ ਮੈਨੂੰ ਰਵਾਈ ਉਹਨੂੰ, ਉੱਥੇ ਆਪਾਂ ਠਹਿਰ ਕੇ ਸੁਣਦੇ ਹਾਂ। ਪਹਿਲਾਂ ਬੰਬੀਹਾ ਸੁਣਾ ਦਿਓ ਬੋਲੀਆਂ। ਜ਼ਰੂਰ ਜੀ। ਹਾਂਜੀ। ਦਰਾਣੀਆਂ ਜਠਾਣੀਆਂ ਨਣਾਨਾਂ ਭਰ ਜਾਈਆਂ, ਗਿੱਧੇ ਦੀਆਂ ਚੌਂਕਣਾਂ ਗਿੱਧੇ ਪਾਉਣੀਆਂ ਆਈਆਂ। ਦਰਾਣੀਆਂ ਜਠਾਣੀਆਂ ਨਣਾਨਾਂ ਭਰ ਜਾਈਆਂ, ਗਿੱਧੇ ਦੀਆਂ ਚੌਂਕਣਾਂ ਗਿੱਧੇ ਪਾਉਣੀਆਂ ਆਈਆਂ। ਵੇ ਕੰਬੇ ਥਰ 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 ਤੀ ਆਕਾਸ਼ ਡੋਲਦਾ, ਵੇਖੀ ਚੀਰੇ ਵਾਲਿਆ ਬੰਬੀਹਾ ਬੋਲਦਾ, ਉਹ ਵੇਖੀ ਕੈਂਠੇ ਵਾਲਿਆ ਬੰਬੀਹਾ ਬੋਲਦਾ। ਜਾਗੋ ਕੜੇ ਚੱਕ ਚੱਕ ਕਿੱਕਲੀਆਂ ਪਾਉਂਦੀਆਂ, ਭਿੜੀ ਵਿੱਚ ਗੋਰੀਆਂ ਭਵਿਕੇ ਬੁਲਾਉਂਦੀਆਂ, ਵੱਜਦਾ ਨਗਾੜੇ ਤੇ ਨਗਾੜਾ ਟੋਲਦਾ, ਵੇਖੀ ਢਿੱਲੇ ਵਾਲਿਆ ਬੰਬੀਹਾ ਬੋਲਦਾ, ਉਹ ਵੇਖੀ ਕੈਂਠੇ ਵਾਲਿਆ ਬੰਬੀਹਾ ਬੋਲਦਾ। ਕਿਆ ਬਾਤ ਹੈ, ਕਿਆ ਬਾਤ ਹੈ। ਇਹ ਬੰਬੀਹਾ ਕੀ ਹੁੰਦਾ? ਬੰਬੀਹਾ ਜਿੱਦਾਂ ਹੁਣ ਬਰਸਾਤਾਂ ਦਾ ਟਾਈਮ ਚੱਲਦਾ ਨਾ, ਬੜੇ ਹਜ਼ਾਰਾਂ ਦੇਖ ਰਹੇ ਦਰਸ਼ਕ, ਉਹਨਾਂ ਨੂੰ ਪਤਾ ਲੱਗੂ ਬੰਬੀਹਾ ਕੀ ਹੁੰਦਾ, ਜਿਹਨਾਂ ਨੂੰ ਕਈਆਂ ਪਤਾ ਹੋਣਾ। ਇਹਨੇ ਮੈਂ ਕਹਿੰਦੀ ਨਹੀਂ, ਮੇਰੇ ਵਰਗੇ ਸਾਰੇ ਕਮਲੇ ਥੋੜ੍ਹੇ ਨੇ। ਵੈਸੇ ਤਾਂ ਜਿਹੜਾ ਬੰਬੀਹਾ ਆ ਜੀ, ਇਹ ਜਦੋਂ ਬਰਸਾਤਾਂ ਹੁੰਦੀਆਂ ਨਾ, ਬਰਸਾਤਾਂ ਦੇ ਵਿੱਚ ਜਿੱਦਾਂ ਕੋਈ ਜੰਗਲੀ ਏਰੀਆ ਜਿਹਾ ਹੁੰਦਾ, ਜਾਂ ਜੰਗਲਾਤ ਜਿਹਨੂੰ ਕਹਿ ਲਿਆ ਜਾਵੇ, ਜਿੱਥੇ ਝੜੀਆਂ ਜਿਹੀਆਂ ਹੋਣ, ਅੱਛਾ ਅੱਛਾ ਅੱਛਾ, ਉੱਥੇ ਬੋਲਦੇ ਹੁੰਦੇ ਰਾਤ ਦੇ ਟਾਈਮ 'ਚ। ਇਹ ਉਹ ਹੈ ਪਕਸ਼ੀ ਹੈ, ਇਹ ਇੱਕ ਕੋਈ ਛੋਟਾ ਜਿਹਾ ਹੁੰਦਾ ਜਾਨਵਰ। ਹਾਂਜੀ। ਅੱਛਾ, ਉਹ ਕਰਦਾ ਹੁੰਦਾ। ਅੱਛਾ, ਉਹ ਹਾਂਜੀ, ਉਹ ਕੀ ਕਰਦਾ? ਉਹ ਇੱਦਾਂ ਹੀ ਕਰਦਾ। ਮੈਂ ਕਿਹਾ ਉਹ ਕੀ ਕਰਦਾ? ਹਾਂਜੀ। ਅੱਛਾ, ਦੇਖੀ ਕੈਂਠੇ ਵਾਲਿਆ ਬੰਬੀਹਾ ਬੋਲਦਾ। ਫਿਰ ਕੈਂਠੇ ਵਾਲੇ ਨੂੰ ਕਿਉਂ ਕਹਿ ਰਹੇ ਹੋ ਵੀ ਬੰਬੀਹਾ ਬੋਲਦਾ? ਕੈਂਠੇ ਵਾਲੇ ਇਹ ਬੰਬੀਹਾ ਫਿਰ ਬੁੜੀਆਂ ਨੇ ਉਹ ਆਵਾਜ਼ ਕੱਢਦੀਆਂ ਨਾ, ਇਹਨੂੰ ਬੰਬੀਹਾ ਕਹਿੰਦੇ। ਉਹ ਜਿਹੜਾ ਇਹ 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 ਮੂੰਹ ਨਾਲ ਬੰਬੀਹਾ ਬੁਲਾਉਂਦੇ ਤੇ ਉਹ ਅਸਲੀ ਹੈ, ਉਹ ਵੀ ਅਸਲੀ। ਹਾਂਜੀ, ਉਹ ਵੀ ਇਦਾਂ ਹੀ ਕਰਦਾ ਆ। ਅੱਛਾ ਜੀ ਜੀ ਜੀ। ਦੇਖੋ ਅੱਜ ਮੈਨੂੰ ਕਿੰਨੀ ਇਨਫੋਰਮੇਸ਼ਨ ਮਿਲੀ ਹੈ। ਨਹੀਂ, ਇਹ ਪਤਾ ਕੀ, ਜਿਹੜੇ ਇੱਥੇ ਦੇ ਯੰਗਸਟਰਸ ਹੈ ਨਾ, ਉਹ ਪੁੱਛਦੇ ਆਪਣੇ ਪੇਰੈਂਟਸ ਨੂੰ ਕਈ ਵਾਰੀ, ਜੇ ਪੇਰੈਂਟਸ ਨੂੰ ਇਹਨਾਂ ਪਤਾ ਹੋਵੇ ਤੇ ਇਹ ਇੰਟਰਵਿਊਜ਼ ਦਾ ਮਤਲਬ ਵੀ ਇਹੀ ਹੈ ਕਿ ਜਿਹੜੇ ਦੇਖ ਰਹੇ ਹੈ ਨਾ, ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਕੀ ਚੀਜ਼ ਹੈ। ਜੀ ਜੀ ਜੀ। ਯੂ ਨੋ, ਉਹ ਬੰਬੀਹਾ ਨਾ ਰਾਤ ਨੂੰ ਜਦੋਂ ਕਰ ਦਿੰਦਾ, ਇਹ ਮੂੰਹ ਨਾ ਲੇਡੀਜ਼ ਲੱਭ ਪਈਆਂ ਜਿੱਦਾਂ ਗਾਉਣ ਵਿੱਚ, ਅਸੀਂ ਇਹੀ ਕਹਿੰਦੇ ਪੰਛੀਆਂ 'ਚੋਂ ਪੰਛੀ ਹੈ। ਹਾਂਜੀ ਹਾਂਜੀ। ਇਹ ਜਿਸ ਤਰ੍ਹਾਂ ਕਿ ਹੋਰ ਛੋਟੇ ਛੋਟੇ ਪੰਛੀ ਹੁੰਦੇ ਆ ਨਾ, ਇਹ ਵਨ ਆਫ ਦਾ। ਹਾਂ,
ਅੱਛਾ ਪੰਛੀ ਹੁੰਦਾ ਇਹ, ਦੈਟਸ ਨਾਈਸ। ਪਰ ਜਿਹੜਾ ਤੁਸੀਂ ਆਹ ਕਿਹਾ ਨਾ ਕਿ ਗਿੱਧੇ ਚੰਜ ਪਾਰਦੀਆਂ, ਉਹ ਵੀ ਬਹੁਤ ਸੋਹਣਾ ਕਰਦੀਆਂ, ਮਤਲਬ ਕਿ ਮੈਂ ਖੁਦ ਕਰਦੀ ਰਹੀ ਹਾਂ ਕਿਉਂਕਿ ਮੈਂ ਗਿੱਧਾ ਸਕੂਲਾਂ ਕਾਲਜਾਂ ਦੇ ਵਿੱਚ ਜਦੋਂ ਮੈਂ ਕੰਪੀਟੀਸ਼ਨ ਲੜੇ ਆ ਉਦੋਂ ਅਸੀਂ ਬੁਲਾਈ ਦਾ ਸੀਗਾ। ਗਿੱਧਾ ਤਾਂ ਮੈਂ ਬਹੁਤ ਕੀਤਾ, ਬੰਬੀਹਾ ਨਹੀਂ ਬੋਲੀ, ਹਾਂ ਇਹ ਮੈਂ ਕੀਤਾ, ਇਹਨੂੰ ਭੁੱਕਾ ਸਾਧ ਦਿੰਦੇ। ਅੱਛਾ ਕਰੋ ਜਿਹੜਾ, ਹੂੰ ਫਿਰ ਮੈਂ ਵੀ ਕਰੂੰਗੀ। ਹੋ ਦੇਖੀ ਟਿੱਲੇ ਵਾਲਿਆ ਬੰਬੀਹਾ ਬੋਲਦਾ, ਬੰਬੀਹਾ ਨਹੀਂ ਉਹ ਜਿਹੜਾ ਪਹਿਲਾਂ ਕਿਹਾ ਸੀ ਕੂਕ ਵਾਲਾ, ਕੋਈ ਬੋਲੀ ਪਾਓ ਉਹ ਕੀ ਹੁੰਦਾ ਭੁੱਕਾ। ਅੱਛਾ ਉਹਦੀ ਕੋਈ ਬੋਲੀ ਪਾਓ ਬੰਬੂਕੇ ਦੀ। ਜਾਗੋ ਕੜੇ ਚੱਕੇ ਚੱਕੇ ਕਿੱਕਲੀਆਂ ਪਾਉਂਦੀਆਂ, ਪਿੜ ਵਿੱਚ ਬੋ ਪਿੜ ਵਿੱਚ ਗੋਰੀਆਂ ਪੱਬ ਕੇ ਬੁਲਾਉਂਦੀਆਂ। ਹਾਂਜੀ ਇਹ ਭਾਵ ਮੈਂ ਤੁਹਾਨੂੰ ਕਿਹਾ ਨਾ ਮੈਂ ਵੀ ਗਿੱਧਾ ਕੀਤਾ, ਸਾਨੂੰ ਵੀ ਕਈ ਚੀਜ਼ਾਂ ਦਾ ਪਤਾ ਹੀ ਨਹੀਂ ਸੀ ਹੁੰਦਾ ਕਿਉਂਕਿ ਨਾ ਅੱਜ ਤੱਕ ਪਿੰਡ ਦੇਖਿਆ, ਪਰ ਆਈ ਲਵ ਇਟ, ਪਿੰਡਾਂ ਦੇ ਲੋਕ, ਪਿੰਡਾਂ ਦੇ ਮੈਨੂੰ ਨਜ਼ਾਰੇ ਜਿਹੜੇ ਮੈਂ ਫਿਲਮਾਂ 'ਚ ਦੇਖੇ ਆ ਨਾ, ਆਈ ਲਵ ਇਟ। ਪਰ ਮੈਂ ਤਾਂ ਸਾਡੇ ਘਰ 'ਚ ਨਾ ਮੈਂ ਅੱਡੀ ਮਾਰ ਕੇ ਕਰਦੀਆਂ ਹੁੰਦੀਆਂ, ਅੱਡੀ ਮਾਰ ਕੇ ਇੱਥੇ ਇਹ ਇਹਨੂੰ ਆਹ ਜਿਹੜਾ ਉੱਪਰ ਹੱਥ ਮਾਰਦੇ ਆ ਉਹਨੂੰ ਉਹਨੂੰ ਭਾਬਕਾ ਬੋਲਦੇ ਆ, ਉਹ ਬੁਲਾਉਣਾ ਹੁੰਦਾ। ਅੱਛਾ ਮੈਨੂੰ ਲੱਗਿਆ ਸੀ ਕੋਇਲ ਦੀ ਬੋਲੀ ਹੈ। ਨਹੀਂ ਨਹੀਂ ਕੋਇਲ ਨਹੀਂ, ਭਾਬਕਾ ਹੁੰਦਾ ਹੈ। ਅੱਛਾ ਦੇਖੋ ਜੀ, ਮੈਂ ਤਾਂ ਕਿਹਾ ਨਾ ਸਾਨੂੰ ਵੀ ਸਿੱਖਣ ਨੂੰ ਕਿੰਨਾ ਕੁਛ ਮਿਲਦਾ, ਔਰ ਸਾਡੇ ਦਰਸ਼ਕ ਬੜੇ ਅੱਛੇ ਹੈ ਜਿਹੜੇ ਕਿ ਜਿਨ੍ਹਾਂ ਨੂੰ ਪਤਾ ਹੁੰਦਾ ਉਹ ਦੱਸਦੇ ਹੈ ਕਿ ਕਿਹੜੀ ਚੀਜ਼ ਕਿਹੜੀ ਹੈ, ਕਿਹੜੀ ਚੀਜ਼ ਕਿਹੜੀ ਹੈ। ਇਟਸ ਗੁੱਡ ਫੋਰ ਅਸ, ਇਟਸ ਗੁੱਡ ਫੋਰ ਅਦਰ ਪੀਪਲ, ਯੂ ਨੋ। ਫਿਰ ਆਪਾਂ ਟਿਊਜ਼ਡੇ ਨੂੰ ਪੁੱਛਾਂਗੇ ਨਾ ਕਿ ਉਹਨਾਂ ਨੂੰ ਕੀ ਲੱਗਦਾ ਕਿ ਬੰਬੀਹਾ ਕਿਹੜਾ ਹੁੰਦਾ, ਫਿਰ ਸਾਨੂੰ ਦੱਸਣਗੇ ਟਿਊਜ਼ਡੇ, ਕਿਉਂਕਿ ਵੈਨਸਡੇ ਨੂੰ ਤਾਂ ਅਸੀਂ ਕਾਲਜ ਨਹੀਂ ਰਹਿੰਦੇ, ਟਿਊਜ਼ਡੇ ਦੱਸਣਗੇ ਉਹ ਸਾਨੂੰ। ਇੱਕ ਸ਼ਬਦ ਵੀ ਐਸੇ ਨਾ ਸੁਣੀ ਮਾਲਕਾ ਮੇਰੀ ਕੂਕ ਪਪੀਹੇ ਵਾਲੀ, ਉਹ ਪਪੀਹਾ, ਦਿਸ ਇਜ਼ ਬੰਬੀਹਾ, ਉਹ ਪਪੀਹਾ ਜਿਹੜਾ ਉਹ ਵੀ ਪੰਛੀ ਅਤੇ ਉਹਦੀ ਡਿਫਰੈਂਟ ਉਹ ਹੁੰਦੀ ਹੈ। ਚਲ ਐਨੀਵੇ, ਅਤੇ ਫਿਰ ਇਹਦੀ ਵੀਡੀਓ ਕਿੱਥੇ ਬਣਾਈ? ਇਹਦੀ ਵੀਡੀਓ ਅਸੀਂ ਜਿਹੜੇ ਸਾਡੇ ਲਿਪ ਸਿੰਕ ਆ ਉਹ ਤਾਂ ਅਸੀਂ ਇੱਥੇ ਕੀਤੇ ਆ, ਅਤੇ ਭੇਦ ਨਾ ਖੋਲੋ ਹੁਣ, ਭੇਦ ਨਾ ਹੀ ਖੋਲੋ ਤਾਂ ਵਧੀਆ, ਕਿਉਂਕਿ ਫਿਰ ਉਹ ਮਿਕਸ ਬਣਾਈ ਹੈ, ਇੱਥੇ ਵੀ ਬਣਾਈ ਉੱਥੇ ਵੀ ਬਣਾਈ। ਹਾਂ ਹਾਂਜੀ ਸਾਰੀ, ਪਤਾ ਕੀ ਇਕੱਲੇ ਤੁਸੀਂ ਨਹੀਂ, ਸਾਰੇ ਸਿੰਗਰਸ ਦੇ ਦੱਸਦੇ ਹੁੰਦੇ ਕਿ ਜੀ ਇੱਥੇ ਵੀ ਬਣੀ, ਫਿਰ ਉਹ ਦੇਖਣਾ ਸ਼ੁਰੂ ਕਰ ਦਿੰਦੇ ਵੀ ਇਹ ਕਿੱਥੋਂ ਕਿਹੜਾ ਹੈ ਯਾਰ, ਤੇ ਹਾਂ ਹਾਂ ਵੀ ਬੋਲਣਾ ਤੇ ਨਹੀਂ ਨਹੀਂ, ਮਤਲਬ ਕਿ ਸਾਰੇ ਬਣਾਉਂਦੇ ਹੀ ਹੈ, ਇਟਸ ਨਾਟ ਜਸਟ ਯੂ, ਕਿ ਸਾਰੇ ਬਣਾਉਂਦੇ ਆ, ਕਈ ਇੱਥੋਂ ਦੇ ਬਣਾਉਂਦੇ ਆ, ਕਈ ਇੰਡੀਆ ਦੇ ਵੀ ਬਣਾਉਂਦੇ ਆ, ਅਤੇ ਮਿਕਸ ਵੀ ਕਰਦੇ ਆ ਉਸਨੂੰ। ਸੋ ਇਟਸ ਗੁੱਡ, ਯੂ ਨੋ, ਕਿ ਆਪਣਾ ਕਲਚਰ ਦਿਖਣਾ ਚਾਹੀਦਾ ਕਿਸੇ ਵੀ ਗੀਤ ਦੇ ਵਿੱਚ, ਕਿਸੇ ਬੋਲੀਆਂ ਦੇ ਵਿੱਚ ਆਪਣੀਆਂ ਚੀਜ਼ਾਂ ਦਿਖਣੀਆਂ ਚਾਹੀਦੀਆਂ ਕਿ ਆਪਣਾ ਪੰਜਾਬ ਕੀ ਹੈ, ਉੱਥੇ ਕੀ ਕੁਛ ਹੁੰਦਾ। ਇਹ ਬੋਲੀਆਂ ਬਣੀਆਂ ਹੀ ਇਸ ਕਰਕੇ ਹੋਈਆਂ ਕਿ ਜਿਹਦੇ 'ਚ ਆਪਣਾ ਕਲਚਰ ਦਿਖੇ। ਯੂ ਨੋ ਕਈ ਸਿੱਠਣੀਆਂ ਹੁੰਦੀਆਂ, ਸਿੱਠਣੀਆਂ ਵੀ ਵਿਆਹਾਂ ਦੇ ਵਿੱਚ ਇੱਕ ਦੂਸਰੇ ਨੂੰ ਦਿੰਦੀਆਂ, ਹੈ ਨਾ। ਮੈਂ ਦੱਸਾਂ, ਮੈਂ ਸ਼ੁਰੂ ਸ਼ੁਰੂ 'ਚ ਨਾ ਮੈਨੂੰ ਸਾਡੇ ਚੰਡੀਗੜ੍ਹ ਨਹੀਂ ਸੀ, ਮੈਂ ਦੇਖੀਆਂ ਸਿੱਠਣੀਆਂ, ਅਸੀਂ ਇੱਥੇ ਆ ਕੇ ਨਾ ਜਦੋਂ ਮੇਰਾ ਵਿਆਹ ਹੋਇਆ ਸਿੱਠਣੀ, ਇੱਥੇ ਕਈਆਂ ਲੋਕਾਂ ਨੂੰ ਪਤਾ ਹੀ ਨਹੀਂ ਸਿੱਠਣੀ। ਮੈਂ ਤੁਹਾਨੂੰ ਦੱਸਦੀ ਹਾਂ ਨਾ ਕਿ ਇੱਥੇ ਮੈਂ ਇੱਕ ਪਹਿਲਾਂ ਵੀ ਸੁਣਾਈ ਸੀ ਗੱਲ ਕਿ ਇੱਥੇ ਆ ਕੇ ਨਾ ਮੈਂ ਆਪਣੇ ਵਿਆਹ ਤੋਂ ਬਾਅਦ ਅਸੀਂ ਕਿਸੇ ਦੇ ਵਿਆਹ 'ਤੇ ਗਏ ਅਤੇ ਉਹ ਆਹ ਕਰਨ ਸਿੱਠਣੀਆਂ ਲੜਨ। ਜੀ 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 ਮੈਂ ਕਿਹਾ ਡਾਨੀ ਚਲੋ ਚੱਲੀਏ, ਕਹਿੰਦੇ ਕੀ ਹੋ ਗਿਆ, ਮੇਰੇ ਕੋਲ ਤਾਂ ਲੜੀ ਜਾਂਦੀ ਹੈ। ਅੱਛਾ ਅੱਛਾ, ਤਾਂ ਉਹਨਾਂ ਦੇ ਇੱਕ ਲੇਡੀ ਨੇ ਸੁਣ ਲਿਆ, ਕਹਿੰਦੀ ਨਹੀਂ ਨਹੀਂ ਅਸੀਂ ਲੜਦੀਆਂ ਨਹੀਂ ਜੀ ਦੀਪ, ਇਹ ਨਾ ਸਾਡੇ ਪਿੰਡਾਂ 'ਚ ਸਿੱਠਣੀਆਂ ਗਾਉਂਦੇ ਆ, ਹੁਣ ਤਾਂ ਮੈਨੂੰ ਲੱਗਦਾ ਸ਼ਹਿਰਾਂ 'ਚ ਵੀ ਗਾ ਰਹੇ ਹੋਣੇ। ਹਾਂਜੀ ਹੁਣ ਜਿਹੜੇ ਟ੍ਰੈਡੀਸ਼ਨਲ ਚੀਜ਼ਾਂ ਨਾ ਪਿੰਡਾਂ 'ਚ ਸੀ ਉਹ ਤਾਂ ਸਾਰੇ ਸ਼ਹਿਰਾਂ ਵਾਲੇ ਕਰ ਰਹੇ ਆ, ਸਿੱਠਣੀਆਂ ਨਾਨਕਿਆਂ ਦਾਦਕਿਆਂ ਨੂੰ ਵੀ ਦਿੰਦੇ ਹੁੰਦੇ ਸੀਗੇ, ਉਹੀ ਸੀ ਉਹੀ ਹੋ ਰਿਹਾ ਸੀ। ਅਤੇ ਜਿਹੜੀ ਬਰਾਤ ਆਉਂਦੀ ਹੁੰਦੀ ਸੀ ਬਰਾਤ ਦੇ ਵਿੱਚ ਪ੍ਰਾਹੁਣੇ ਨੂੰ ਵੀ ਸਿੱਠਣੀਆਂ ਦਿੰਦੇ ਹੁੰਦੇ ਸੀ ਅਤੇ ਸਹੁਰੇ ਨੂੰ ਵੀ ਸਿੱਠਣੀਆਂ ਦਿੱਤੀਆਂ ਜਾਂਦੀਆਂ ਸੀਗੀਆਂ। ਓਕੇ, ਜਦੋਂ ਬਰਾਤ ਆਉਂਦੀ। ਹਾਂਜੀ ਹਾਂਜੀ, ਨਹੀਂ ਬਰਾਤ ਦੇ ਅੱਗੇ ਖੜ ਕੇ, ਬਰਾਤ ਦੇ ਅੱਗੇ ਖੜ ਕੇ ਜਦੋਂ ਰੀਬਨ ਕਟਾਈ ਹੁੰਦੀ ਸੀ ਉਦੋਂ ਸਿੱਠਣੀਆਂ ਦਿੰਦੀਆਂ ਸੀ ਕੁੜੀਆਂ। ਅੱਛਾ, ਰੀਬਨ ਕਟਾਈ 'ਤੇ? ਹਾਂਜੀ। ਓਕੇ, ਰੀਬਨ ਕਟਾਈ ਹੋ ਗਈ ਜਾਂ ਮਿਲਣੀ ਹੋ ਗਈ, ਮਿਲਣੀ ਤੋਂ ਬਾਅਦ ਉਹ ਉਹਨਾਂ ਨੂੰ ਵੀ ਤਾਨੇ ਮਿਹਣੇ ਦਿੰਦੀਆਂ ਨੇ ਅਸੀਂ ਸਹੁਰਿਆਂ ਨੂੰ ਕੁੜੀ ਵਾਲਿਆਂ ਦੇ।
ਮੈਂ ਤਾਂ ਸਭ ਨੂੰ ਇਹ ਕਹਾਂਗੀ ਜਦੋਂ ਰੀਬਨ ਕਟਾਉਣਾ ਹੋਵੇ ਨਾ ਜਸਿਨ ਲੈ ਜਿਓ। ਮੈਂ ਤਾਂ ਅਜੇ ਪਰਸੋਂ ਚੌਥ ਇੱਕ ਪਾਉਂਦੀ ਸੀਗੀ, ਹਾਂ ਜਿੱਦਾਂ ਕਿਸੇ ਜਾਂਜੀ ਨੂੰ ਕਹਿਣਾ ਹੋਵੇ, ਹਾਂ ਉਹ 12 ਵੱਜ ਗਏ ਗੱਡੀ ਦੇ ਪਹੀਏ ਭੱਜ ਗਏ, 12 ਵੱਜ ਗਏ, 12 ਵੱਜ ਗਏ ਗੱਡੀ ਦੇ ਪਹੀਏ ਭੱਜ ਗਏ, ਮੈਂ ਨਾ ਤੇਰਾ ਨਾ ਜਾਣਦੀ ਲੱਛਿਆ ਲੱਛਿਆ ਕਿ ਥੱਪੜਾ ਨਾ ਮੂੰਹ ਪੰਨ ਦਊ ਜੇ ਹੱਸਿਆ। ਇਹ ਜਾਂਜੀਆਂ ਨੂੰ ਕਹਿੰਦੇ ਹੁੰਦੇ ਸੀ ਇੱਦਾਂ। ਅੱਛਾ, ਹਾਂਜੀ। ਇਹ ਇਹ ਹੁਣ ਸਿੱਠਣੀ ਸੀ ਕਿ ਕੀ ਸੀ ਇਹ? ਇਹ ਇਹਨਾਂ ਨੂੰ ਛੰਦ ਕਹਿ ਦਿੰਦੇ ਜਿੱਦਾਂ। ਓਕੇ, ਛੰਦ ਤਾਂ ਉਹ ਨਹੀਂ ਹੁੰਦਾ ਜਿਹੜਾ ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਆਈਏ ਜਾਈਏ, ਇਹ ਵੀ ਇੱਕ ਸਿੱਠਣੀਆਂ ਦਾ ਰੂਪ ਹੀ ਹੈ। ਹੁਣ ਮੈਨੂੰ ਇਹਦਾ ਨਾਂ ਨਹੀਂ ਯਾਦ ਹੈਗਾ, ਪਰ ਇਹ ਜਿੱਦਾਂ ਪੁਰਾਣੇ ਸਿੱਠਣੀਆਂ ਵਾਂਗੂ ਹੋ ਜਾਂਦਾ। ਹਾਂਜੀ, ਸਿੱਠਣੀਆਂ ਵਾਂਗੂ ਹੋ ਜਾਂਦਾ ਜੀ। ਅੱਛਾ, ਮੈਂ ਤਾਂ ਕਿਹਾ ਨਾ ਕਿ ਛੰਦ, ਆਈ ਹੈਵ ਹਰਡ ਕਿ ਛੰਦ ਸੁਣਾਉਂਦੇ ਜੀਜਾ ਜੀ। ਜੀ ਜੀ, ਸਾਡੇ ਉਦੋਂ ਬਰਾਤ ਦੇ ਅੱਗੇ ਨਹੀਂ, ਸਾਡੇ ਜਦੋਂ ਅੰਦਰ ਚਲੇ ਜਾਂਦੇ ਆ ਨਾ ਆਰਾਮ ਨਾਲ ਬਿਠਾ ਕੇ, ਫਿਰ ਜਦੋਂ ਜੁੱਤੀਆਂ ਵਗੈਰਾ ਲੁਕਾ ਅਸੀਂ ਛੋਟੇ ਛੋਟੇ। ਅੱਜ ਆਪਾਂ ਕਿੰਨਾ ਟ੍ਰੈਡੀਸ਼ਨ, ਮੈਨੂੰ ਅੱਛਾ ਲੱਗ ਰਿਹਾ ਕਿ ਅੱਜ ਆਪਣਾ ਟ੍ਰੈਡੀਸ਼ਨਲ ਗੱਲਾਂ ਸੁਣਾ ਰਹੇ ਹਾਂ ਸਾਡੇ ਦੇਖਣ ਵਾਲਿਆਂ ਨੂੰ, ਦਿਖਾ ਰਹੇ ਹਾਂ। ਅਤੇ ਜੇ ਕੋਈ ਗੱਲਾਂ ਦੋਸਤੋ, ਜੇ ਕੋਈ ਤੁਹਾਨੂੰ ਗੱਲ ਲੱਗੇ ਨਾ ਵੀ ਸਾਡੀ ਠੀਕ ਨਹੀਂ ਹੈ, ਸਾਨੂੰ ਟਿਊਜ਼ਡੇ ਜ਼ਰੂਰ ਦੱਸਿਓ, ਕਿਉਂਕਿ ਅਸੀਂ ਵੀ ਸਿੱਖਦੇ ਹਾਂ ਤੁਹਾਡੇ ਕੋਲੋਂ, ਤੁਸੀਂ ਸਾਡੇ ਕੋਲੋਂ ਸਿੱਖਦੇ ਹੋ, ਅਸੀਂ ਤੁਹਾਡੇ ਕੋਲੋਂ ਸਿੱਖਦੇ ਹਾਂ। ਸੋ ਕਹਿੰਦੇ ਕਿਤੇ ਨਾ ਕਿਤੇ ਸੰਗਮ ਚੀਜ਼ਾਂ ਦਾ ਹੁੰਦਾ ਹੈ ਕਿ ਜਿਹੜਾ ਬੰਦਾ ਇੱਕ ਦੂਸਰੇ ਤੋਂ ਸਿੱਖਦਾ, ਕੋਈ ਜੰਮਿਆ ਤਾਂ ਸਿੱਖਿਆ ਨਹੀਂ ਹੁੰਦਾ। ਜੀ ਜੀ, ਅਸੀਂ ਇੱਕ ਦੂਸਰੇ ਕੋਲੋਂ ਸਿੱਖਦੇ ਹਾਂ। ਅਸੀਂ ਵੀ ਇੱਦਾਂ ਹੀ ਵਿਆਹਾਂ ਦੇ ਵਿੱਚ ਹੀ ਬਰਾਤਾਂ ਦੀ ਜਦੋਂ ਆਉਂਦੀ, ਛੋਟੇ ਛੋਟੇ ਹੁੰਦੇ ਸੁਣਦੇ ਰਹਿੰਦੇ ਸੀ ਲੇਡੀਜ਼ ਨੂੰ ਵੀ ਕੀ ਕਰਨੀਆਂ। ਛੋਟੇ ਹੁੰਦੇ ਦੀ ਗੱਲ ਕੀਤੀ ਹੈ, ਤੁਸੀਂ ਗੀਤ ਸੰਗੀਤ ਦਾ ਸ਼ੌਕ ਕਿਵੇਂ ਪਿਆ ਤੁਹਾਨੂੰ ਜੱਸੀ ਜੀ? ਗੀਤ ਸੰਗੀਤ ਦਾ ਮੈਂ ਪਹਿਲਾਂ ਤਾਂ ਗੁਰੂ ਘਰਾਂ ਦੇ ਵਿੱਚ ਜਿੱਦਾਂ ਮੈਂ ਸ਼ਬਦ ਤੋਂ ਹੀ ਸਟਾਰਟ ਕੀਤਾ ਸੀਗਾ, ਜਿਸ ਤਰ੍ਹਾਂ ਸਾਰੇ ਸਿੰਗਰ ਕਰਦੇ ਆ। ਹਾਂਜੀ, ਤਾਂ ਫਿਰ ਸਕੂਲ ਦੇ ਵਿੱਚ ਹੌਲੀ ਹੌਲੀ ਮੈਂ ਗਾਉਣ ਲੱਗ ਗਈ, ਫਿਰ ਕਾਲਜ ਦੇ ਕੰਪੀਟੀਸ਼ਨ ਗਿੱਧੇ ਦੇ, ਫਿਰ ਮੈਨੂੰ ਫੋਕ ਗਾਇਕੀ ਦੇ ਵਿੱਚ ਜ਼ਿਆਦਾ ਲੈ ਕੇ ਜਾਂਦੇ ਹੁੰਦੇ ਸੀ ਕੰਪੀਟੀਸ਼ਨ ਲਗਾਉਣ ਲਈ। ਅੱਛਾ ਅੱਛਾ ਅੱਛਾ, ਤਾਂ ਮੈਂ ਘੋੜੀ ਗਾਉਂਦੀ ਹੁੰਦੀ ਸੀ। ਅੱਛਾ, ਘੋੜੀ ਸੁਣਾਓ ਫਿਰ। ਹਾਂਜੀ, ਹੋ ਜਦੋਂ ਚੜਿਆ ਵੀਰਾ ਘੋੜੀ ਵੇ ਤੇਰੇ ਨਾਲੀ ਪਰਾਵਾਂ ਦੀ ਜੋੜੀ ਵੇ ਲਟਕਦੇ ਵਾਲੀ ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜੇ ਵਾਹ ਵਾਹ। ਹਾਂਜੀ, ਮੈਂ ਕਿਹਾ ਨਾ ਦੋਸਤੋ, ਬੁਲੰਦ ਆਵਾਜ਼, ਮੈਂ ਐਵੇਂ ਨਹੀਂ ਕਹਿੰਦੀ, ਜਸਵਿੰਦਰ ਜੱਸੀ ਦੀ ਬੁਲੰਦ ਆਵਾਜ਼ ਗਾ ਕੇ ਵੀ ਜਦੋਂ ਗਾਉਂਦੇ ਆ ਨਾ, ਪਤਾ ਲੱਗਦਾ ਕਿ ਵੀ ਇਟ ਇਜ਼ ਬੁਲੰਦ ਆਵਾਜ਼, ਇਸ ਸੋ ਗ੍ਰੇਟ, ਗ੍ਰੇਸਫੁਲੀ ਗਾਉਂਦੇ ਆ ਔਰ ਗ੍ਰੇਟ ਗਾਉਂਦੇ ਆ, ਯੂ ਨੋ। ਐਂਡ ਸਾਡੇ ਜਿਹੜੇ ਯੰਗਸਟਰਸ ਹੈ ਨਾ, ਇਹਨਾਂ ਚੀਜ਼ਾਂ ਦਾ ਨਾ ਜਦੋਂ ਉਹਨਾਂ ਨੂੰ ਅੱਛਾ ਲੱਗਦਾ ਨਾ ਸੁਣਨ 'ਚ, ਫਿਰ ਉਹ ਪੁੱਛਦੇ ਆ ਕਿ ਇਹਦਾ ਕੀ ਮੀਨਿੰਗ ਹੈ, ਇਹਦਾ ਕਿਸ ਤਰ੍ਹਾਂ। ਅੱਛਾ, ਅਤੇ ਇਹ ਘੋੜੀ ਹੋ ਗਈ ਜੀ, ਹੈ ਨਾ, ਅਤੇ ਮਤਲਬ ਕਿ ਚੂੜਾ ਚੜਾਉਣ ਵੇਲੇ, ਮੈਂ ਤੁਹਾਨੂੰ ਇੱਕ ਵਾਰ ਕਿਹਾ ਸੀ ਤੁਸੀਂ ਇੱਕ ਸੀਡੀ ਰੈਡੀ ਕਰੋ ਜਿਸ 'ਚ ਚੂੜਾ ਚੜਾਇਆ ਹੋਵੇ, ਘੋੜੀ ਹੋਵੇ। ਕਈ ਨਾ, ਮੈਂ ਬੀਂਗ ਰੇਡੀਓ 'ਤੇ ਕੰਮ ਕਰਦੀ ਹਾਂ, ਕਈਆਂ ਨੇ ਕਹਿਣਾ ਜੀ ਕੋਈ ਸੀਡੀ ਹੈਗੀ ਜਿਸ 'ਚ ਸਾਰਾ ਕੁਛ ਹੋਵੇ ਜਦੋਂ ਅਸੀਂ ਨਾਲ, ਕਿਉਂਕਿ ਇੱਥੇ ਤਾਂ ਕਿਸੇ ਨੂੰ ਗਾਣਾ ਆਉਂਦਾ ਹੀ ਨਹੀਂ, ਘੱਟ ਆਉਂਦਾ ਜਦੋਂ ਹੁੰਦਾ ਚੂੜਾ ਜਾਂ ਮਾਈਆਂ ਜਾਂ। ਨਹੀਂ, ਮੈਂ ਤਾਂ ਵੈਸੇ ਜਿੱਥੇ ਲਾਈਵ ਮੇਰਾ ਹੁੰਦਾ ਸ਼ੋਅ, ਮੈਂ ਸਾਰਾ ਕੁਛ ਜੇ ਕੁੜੀ ਦਾ ਵਿਆਹ ਹੈ ਤਾਂ ਮੈਂ ਕਰ ਦਿੰਦੀ ਹੁੰਦੀ ਲਾਈਵ ਸਾਰਾ ਕੁਛ, ਜਿੱਦਾਂ ਸਿੱਠਣੀਆਂ ਵੀ ਦੇਖਦੀਆਂ, ਸੁਹਾਗ ਵੀ ਗਾਦੀ ਦੇ, ਚੂੜੇ ਦੇ ਗਾਣੇ ਵੀ ਗਾਦੀ ਦੇ ਆ। ਹਾਂਜੀ, ਹੁਣ ਮੈਂ ਚੂੜੇ ਦਾ ਦਿਲ ਤਾਂ ਕਰ ਰਿਹਾ, ਪਰ ਮੈਂ ਰਵਾ ਨਾ ਦਈਓ। ਚੂੜੇ ਦੀਆਂ ਦੋ ਲਾਈਨਾਂ ਸੁਣਾਓ। ਫੁੱਲਾਂ ਪਰੀ ਚੰਗੇ ਰਿਕ ਫੁੱਲ ਤੋਰੀ ਦਾ, ਫੁੱਲਾਂ ਪਰੀ ਚੰਗੇ ਰਿਕ ਫੁੱਲ ਤੋਰੀ ਦਾ, ਐਸ ਵੇਲੇ ਜ਼ਰੂਰ ਮਾਮਾ ਲੋੜੀ ਦਾ, ਐਸ ਵੇਲੇ ਜ਼ਰੂਰ ਮਾਮਾ ਲੋੜੀ ਦਾ। ਫੁੱਲਾਂ ਪਰੀ ਚੰਗੇ ਰਿਕ ਫੁੱਲ ਤੋਰੀ ਦਾ,
ਫੁੱਲਾਂ ਭਰੀ ਚੰਗੇਰੀ ਇੱਕ ਫੁੱਲ ਤੋਰੀ ਦਾ। ਕਿਆ ਬਾਤ ਹੈ, ਲੱਗਦੇ ਹੱਥੇ ਬਾਬੁਲ ਦਾ ਸੁਣਾ ਦੋ। ਸ਼ਗਨਾ ਦਾ ਦਿਨ ਅੱਜ ਆਇਆ, ਸਤਿਗੁਰ ਨੇ ਕਾਜ ਰਚਾਇਆ। ਸ਼ਗਨਾ ਦਾ ਦਿਨ ਅੱਜ ਆਇਆ, ਸਤਿਗੁਰ ਨੇ ਕਾਜ ਰਚਾਇਆ। ਮੁੱਕਿਆ ਸਾਡਾ ਦਾਣਾ ਪਾਣੀ, ਸਾਡਾ ਕੀ ਜੋਰ ਏ ਪੱਲਾ ਪੜਾਵੇ, ਪੱਲਾ ਪੜਾਵੇ ਬੇ ਪੱਲਿਓ ਬਾਬਲ ਦੀ ਲੋੜੀਏ। ਪੱਲਾ ਪੜਾਵੇ ਬੇ ਪੱਲਿਓ ਬਾਬਲ ਦੀ ਲੋੜੀਏ, ਪੱਲਾ ਪੜਾਵੇ। ਕਿਆ ਬਾਤ ਹੈ, ਕਿਆ ਬਾਤ ਹੈ। ਦੋਸਤੋ, ਇਹ ਗੀਤ ਜਸਵਿੰਦਰ ਜੀ ਦਾ, ਇਹਨਾਂ ਨੇ ਰਿਲੀਜ਼ ਕੀਤਾ ਇਹ ਬਾਬਲ ਦਾ, ਅਤੇ ਰੇਡੀਓ 'ਤੇ ਵੀ ਚੱਲ ਰਿਹਾ, ਸਾਰੇ ਕਿਤੇ ਚੱਲ ਰਿਹਾ। ਬਹੁਤ ਹੀ ਖੂਬਸੂਰਤੀ ਨਾਲ ਨਾ ਇਹਨਾਂ ਨੇ ਇਹ ਬਾਬਲ ਦਾ ਗੀਤ ਸੁਣਾਇਆ, ਪੱਲੇ 'ਤੇ ਗੀਤ। ਯੂਨੋ, ਜਦੋਂ ਬਾਬਲ ਦਾ ਪੱਲਾ, ਜਦੋਂ ਆਪਾਂ ਲਾਵਾਂ ਤੋਂ ਪਹਿਲਾਂ ਕਹਿੰਦੇ ਹਾਂ ਨਾ ਪੱਲਾ ਫੜਾ ਚੱਲੇ, ਇਹ ਸੱਚੇ ਸੈਂਟੀਮੈਂਟਲ ਥਿੰਗਸ, ਯੂਨੋ, ਮਤਲਬ ਕਿ ਦਿਲ ਆਪਣੇ ਆਪ ਭਰਿਆ ਹੁੰਦਾ ਕਿ ਦੇਖੋ ਜਦੋਂ ਘਰਾਂ 'ਚ ਕੁੜੀਆਂ ਜੰਮਦੀਆਂ। ਮੈਂ ਇੱਥੇ ਵੀ ਕਿਸੇ ਨੂੰ ਨਾ ਇੱਦਾਂ ਹੀ ਸੁਣਾਇਆ ਸੀਗਾ ਗਾਣਾ, ਬੈਠੇ ਬੈਠੇ ਕਿਤੇ ਖਾਣਾ ਖਾਣ ਲੱਗੇ, ਅਤੇ ਮੈਂ ਕਿਹਾ ਵੀ ਆਹ ਗਾਣਾ ਮੈਂ ਸੋਚ ਰਹੀ ਮੈਂ ਕਰਾਂ, ਹੈ ਨਾ। ਤਾਂ ਦੋ ਤਿੰਨ ਲੇਡੀਜ਼ ਬੈਠੀਆਂ ਸੀਗੀਆਂ, ਉਹ ਕਹਿੰਦੇ ਸਾਡੇ ਤਾਂ ਲੂੰ ਕੰਢੇ ਖੜ੍ਹੇ ਹੋ ਗਏ, ਕਹਿੰਦੇ ਇਹ ਗਾਣਾ ਹੁਣੇ ਹੀ ਕਰ। ਅੱਛਾ। ਮੈਂ ਉਸੇ ਵੇਲੇ ਸਟੂਡੀਓ ਦੀ ਬੁਕਿੰਗ ਕੀਤੀ, ਉਸੇ ਵੇਲੇ ਮੈਂ ਜਾ ਕੇ ਗਾਣਾ ਇਹ ਰਿਕਾਰਡ ਕੀਤਾ, ਅਤੇ ਮਿਊਜ਼ਿਕ ਇਹਦਾ ਮੈਂ ਇੰਡੀਆ ਤੋਂ ਕਰਵਾਇਆ ਸੀਗਾ। ਮੈਂ ਤਾਂ ਇਹ ਕਿਹਾ ਨਾ ਕਿ ਅੱਜ ਕੱਲ੍ਹ ਐਸੇ ਗਾਣੇ ਮਿਲਦੇ ਨੇ, ਅਤੇ ਇਸ ਨਾਈਸ ਕਿ ਤੁਸੀਂ ਇਹ ਰਿਕਾਰਡ ਕੀਤਾ, ਤਾਂ ਕਿ ਮੌਕੇ ਦੇ ਸਿਰ 'ਤੇ ਅਤੇ ਸਾਰੇ ਲਗਾ ਸਕਦੇ ਹਾਂ, ਖਾਸ ਕਰਕੇ ਜਿਨ੍ਹਾਂ ਦੇ ਘਰ ਧੀਆਂ ਹੁੰਦੀਆਂ ਨਾ, ਅਤੇ ਇਸ ਤਰ੍ਹਾਂ ਦੇ ਗੀਤ ਨਾ ਪਹਿਲਾਂ ਹੀ ਘਰਾਂ 'ਚ ਕਈ ਵਾਰੀ ਲੱਗਣ ਲੱਗ ਜਾਂਦੇ ਜੀ ਜੀ, ਹੈ ਨਾ। ਅਤੇ ਉਹ ਨਾ ਵਿਚਾਰੇ ਪੇਰੈਂਟਸ ਪਹਿਲਾਂ ਹੀ ਇੰਨੇ ਉਹ ਉਦਾਸ ਹੋ ਜਾਂਦੇ ਆ ਨਾ ਕਿ ਹੁਣ ਕੁੜੀ ਨੇ ਚਲੇ ਜਾਣਾ ਹੈ। ਜੀ ਜੀ। ਲੇਕਿਨ ਅੱਜ ਕੱਲ੍ਹ ਤਾਂ ਜਸਵਿੰਦਰ ਟਾਈਮ ਜੱਸੀ ਜੀ ਕਿੰਨਾ ਚੇਂਜ ਹੋ ਗਿਆ, ਮੈਂ ਦੇਖਿਆ ਡੋਲੀ ਵੇਲੇ ਨਾ ਕਈ ਵਾਰ ਤਾਂ ਕੋਈ ਬਾਏ ਬਾਏ ਕਰੀ ਜਾਂਦੀ ਹੈ। ਜੀ ਜੀ ਜੀ। ਹੁਣ ਨਹੀਂ, ਹੁਣ ਨਹੀਂ, ਹੈ ਨਾ, ਉਹ ਸਮੇਂ ਮਤਲਬ ਕਿ ਹੁਣ ਨਹੀਂ ਰੋਂਦੀਆਂ ਕਹਿੰਦੇ ਇੰਨਾ ਕਿ ਜਾ। ਪਹਿਲਾਂ ਤਾਂ ਜਗਦੀਪ ਜੀ ਜਦੋਂ ਸਾਹਾ ਬੰਨ ਦਿੰਦੇ ਸੀ ਨਾ, ਕੀ ਬੰਨ ਦਿੰਦੇ ਸੀ, ਸਾਹਾ ਚਿੱਠੀ ਜਦੋਂ ਦੇ ਦਿੰਦੇ ਸੀਗੇ, ਜਦੋਂ ਕੁੜੀ ਦੇ ਦਿਨ ਬੰਨ ਦਿੰਦੇ ਸੀ, ਮੁੰਡੇ ਦੇ ਦਿਨ ਬੰਨ ਦਿੰਦੇ ਸੀ ਨਾ ਵਿਆਹ ਦੇ, ਵੀ ਇੰਨੇ ਦਿਨ ਰਹਿ ਗਏ, ਹਾਂ ਵੀ ਇੰਨੇ ਦਿਨ ਰਹਿ ਗਏ, ਤਾਂ ਮੈਂ ਕਹਿੰਦੀ ਜਿੱਦਣ ਤੋਂ ਦਿਨ ਬੰਨੇ ਜਾਂਦੇ ਸੀ ਉੱਦਣ ਤੋਂ ਕੁੜੀ ਦਾ ਰੋਣਾ ਧੋਣਾ ਸਟਾਰਟ ਹੋ ਜਾਂਦਾ ਸੀ। ਸੱਚੀ ਸਵੀਟ। ਹਾਂਜੀ। ਅਤੇ ਮਾਈਆਂ ਜਦੋਂ ਪਹਿਲਾਂ ਮਾਈਆਂ ਲੱਗਦਾ ਸੀ ਕੁੜੀ ਨੂੰ, ਮੈਂ ਕਹਿੰਦੀ ਚੁੱਕ ਚੁੱਕ ਕੇ ਲਿਆਉਣਾ ਪੈਂਦਾ ਸੀ ਮਾਈਆਂ, ਅਤੇ ਕੁੜੀਆਂ ਬਾਹਰ ਹੀ ਨਹੀਂ ਸੀ ਨਿਕਲਦੀਆਂ ਡੋਰ ਤੋਂ। ਅੱਛਾ। ਹਾਂਜੀ। ਉਹ ਤੇਲ ਚਵਾ ਕੇ ਬਾਹਰ ਕੱਢੀ ਦਾ ਸੀ, ਉਹ ਰੋਂਦੀਆਂ ਫੇਰ ਅੰਦਰ ਨੂੰ ਜਾਂਦੀਆਂ ਸੀ, ਉਹਨਾਂ ਨੂੰ ਚੁੱਕ ਕੇ ਲਿਆ ਕੇ ਉੱਥੇ ਬਿਠਾਉਣਾ ਪੈਂਦਾ ਸੀ ਮਾਈਆਂ ਵਾਲੇ ਥਾਂ 'ਤੇ। ਸਾਡੇ ਅੱਖੀਂ ਦੇਖਣ ਦੀਆਂ ਗੱਲਾਂ ਇਹ। ਪਤਾ ਕੀ, ਪਹਿਲਾਂ ਜਿਹੜੀਆਂ ਫੀਲਿੰਗਸ ਹੁੰਦੀਆਂ ਸੀ ਨਾ ਉਹ ਡਿਫਰੈਂਟ ਹੁੰਦੀਆਂ ਸੀ ਜਿਹੜੀਆਂ ਹੁਣ ਅੱਜ ਕੱਲ੍ਹ। ਚਾਹ ਹੁੰਦਾ ਵਿਆਹ ਦਾ, ਪਹਿਲਾਂ ਚਾਹ ਨਹੀਂ ਸੀ ਹੁੰਦਾ ਕੁੜੀਆਂ ਨੂੰ। ਅੱਛਾ। ਨਹੀਂ, ਚਾਹ ਤਾਂ ਹੁੰਦਾ ਸੀ ਪਹਿਲਾਂ, ਸ਼ੋਅ ਨਹੀਂ ਸੀ ਕਰਦੀਆਂ, ਸ਼ੋਅ ਨਹੀਂ ਸੀ ਕਰਦੀਆਂ, ਪਰ ਉਦੋਂ ਉਹਨਾਂ ਦੀ ਅਟੈਚਮੈਂਟ ਅੱਜ ਵੀ ਹੈਗੀ ਆ। ਮੈਂ ਇਹ ਨਹੀਂ ਕਹਿੰਦੀ ਕਿ ਅਟੈਚਮੈਂਟ ਕੁੜੀਆਂ ਦੀ ਹੁੰਦੀ ਨਹੀਂ ਫੈਮਿਲੀ ਨਾਲ, ਹੈਗੀ ਆ, ਪਰ ਹੁਣ ਤਾਂ ਜਿਹਦਾ ਫੈਸ਼ਨ ਜਿਹਾ ਨਹੀਂ ਬਣ ਗਿਆ ਹੁੰਦਾ, ਉਹ ਹਿਸਾਬ ਕਿਤਾਬ ਹੋ ਗਿਆ। ਪੁਰਾਣਿਆਂ ਸਮੇਂ 'ਚ ਤਾਂ ਕੁੜੀਆਂ ਰੋਂਦੀਆਂ ਹੀ ਬਹੁਤ ਹੁੰਦੀਆਂ ਸੀਗੀਆਂ, ਬਹੁਤ। ਨਹੀਂ ਨਹੀਂ, ਅੱਜ ਕੱਲ੍ਹ ਵੀ ਨਾ ਜਿਹੜੇ ਬੱਚੇ ਚਾਹੁੰਦੇ ਤਾਂ ਹਰੇਕ ਕੁਛ ਹੈ, ਸਾਲ ਸਾਲ ਸਾਰੇ ਟ੍ਰੈਡੀਸ਼ਨਸ ਕਰਨਾ ਚਾਹੁੰਦੇ ਅੱਜ ਕੱਲ੍ਹ ਦੇ ਬੱਚੇ, ਸਾਲ ਸਾਲ ਦੋ ਦੋ ਸਾਲ ਤਾਂ ਕੁੜੀਆਂ ਦੇ ਸੰਗ ਦੇ ਵਿੱਚ ਹੀ ਨਿਕਲ ਜਾਂਦੇ ਸੀ, ਪਤਾ ਹੀ ਨਹੀਂ ਸੀ ਲੱਗਦਾ ਵੀ ਬੰਦੇ ਦਾ ਨੇਚਰ ਕੀ ਆ ਅਤੇ ਬੁੜੀ ਦਾ ਨੇਚਰ ਕੀ ਆ। ਤਾਂ ਅੱਜ ਕੱਲ੍ਹ ਵਿਆਹ ਅੱਜ ਹੁੰਦਾ ਤਾਂ ਦੂਜੇ ਦਿਨ ਡਿਵੋਰਸ ਹੋਇਆ, ਕਿਉਂਕਿ ਨੇਚਰ ਪਹਿਲਾਂ ਹੀ ਦੇਖਿਆ ਹੁੰਦਾ। ਨਹੀਂ ਨਹੀਂ, ਜੇ ਨੇਚਰ ਪਹਿਲਾਂ ਹੀ ਦੇਖਿਆ ਹੁੰਦਾ ਫਿਰ ਤਾਂ ਵਿਆਹ ਹੀ ਨਾ ਕਰਾਉਣ, ਪਹਿਲਾਂ ਪਤਾ ਨਹੀਂ ਲੱਗਦਾ, ਸਾਰੇ ਆਪਣੇ ਗੁੱਡ ਮੈਨਰਸ 'ਚ ਹੁੰਦੇ ਆ ਜੀ ਪਹਿਲਾਂ, ਅਤੇ ਉਹ ਬਾਅਦ 'ਚ ਦਿਖਾਉਂਦੇ,
ਅਸਲੀ ਰੰਗ ਜਿਹੜੇ ਹੈ ਨਾ। ਮੈਂ ਤਾਂ ਇਹ ਸੋਚਦੀ ਵੀ ਦੂਜੇ ਦੇ ਨਹੀਂ ਰੰਗ ਦਾ ਕਿੱਦਾਂ ਪਤਾ ਲੱਗ ਜਾਂਦਾ, ਰੰਗ ਬਿਰੰਗ ਹੋ ਜਾਂਦਾ। ਹਾਂ ਵੀ ਹੈਰਾਨਗੀ ਦੀ ਗੱਲ ਨਹੀਂ, ਪਹਿਲਾਂ ਲਵਜੀ ਲਵਜੀ ਕਰਦੇ ਅਤੇ ਮੁੜ ਕੇ ਇੱਕਦਮ ਚੇਂਜ ਸਾਰਾ ਕੁਛ। ਇਹ ਇਹਨੂੰ ਤਾਂ ਕਹਿੰਦੇ ਕਲਯੁੱਗ, ਕਹਿੰਦੇ ਦਿਸ ਇਜ਼ ਕਲਯੁੱਗ, ਅਤੇ ਕੁਛ ਪਤਾ ਹੀ ਨਹੀਂ ਕਿਹੜੇ ਵੇਲੇ ਕਦੋਂ ਕੀ ਹੋ ਜਾਣਾ ਜੀ ਜੀ, ਯੂਨੋ। ਸੋ ਇਹ ਰੱਬ ਉੱਪਰ ਬੈਠਾ ਦੇਖਦਾ, ਸਾਰਿਆਂ ਦੇ ਹਾਲਾਤ ਦੇਖਦਾ, ਸਭ ਦੇ ਜਜ਼ਬਾਤ ਦੇਖਦਾ, ਕਿਸ ਤਰ੍ਹਾਂ ਦੇ ਤੁਸੀਂ ਆਹ ਕਹਿੰਦੇ ਹੋ ਅਗਲੇ ਦਿਨ। ਮੈਂ ਅਸੀਂ ਇੱਕ ਵਿਆਹ ਸੀਗਾ, ਬੈਠ ਪਤਾ ਕਿੱਥੇ ਗਏ ਸੀ ਵਿਆਹ ਨੂੰ, ਉਹ ਜਿਹੜੇ ਵੀ ਸੀ, ਮੈਂ ਨਾਮ ਤਾਂ ਨਹੀਂ ਲੈਣਾ। ਅਤੇ ਜਦੋਂ ਨਹੀਂ ਉਹ ਰੋਟੀ ਖਾਂਦੇ ਅਤੇ ਡਾਂਸ ਹੁੰਦਾ, ਅਤੇ ਉਹ ਕੁੜੀ ਦੇ ਨਾ ਐਕਸ਼ਨ ਤੋਂ ਹੀ ਨਾ ਉਹ ਵਿਚਾਰਾ ਮੁੰਡਾ ਉਹਨੂੰ ਡਾਂਸ ਕਰਨ ਦੀ ਉਹ ਕੋਸ਼ਿਸ਼ ਕਰ ਰਹੀ, ਅਤੇ ਕੁੜੀ ਉਹਨੂੰ ਜਿਵੇਂ ਲਾਹ ਲਾ ਸਿੱਟੇ ਇਸ ਤਰ੍ਹਾਂ ਕਰਕੇ ਨਾ ਵੀ ਮੈਂ ਨਹੀਂ ਡਾਂਸ ਕਰਨਾ। ਅਤੇ ਅਸੀਂ ਥੋੜ੍ਹੇ ਜਿਹਨਾਂ ਨੇ ਨੋਟ ਕੀਤੀ ਗੱਲ ਵੀ ਵਾਈ ਸ਼ੀ ਇਜ਼ ਡੂਇੰਗ ਦਿਸ, ਅਸੀਂ ਕਿਹਾ ਸ਼ਾਇਦ ਸ਼ਰਮਾਉਂਦੀ ਹੈ ਡਾਂਸ ਕਰਦੇ, ਪਤਾ ਹੀ ਉਦੋਂ ਲੱਗਿਆ ਜਦੋਂ ਡੋਲੀ ਘਰ ਜਾ ਕੇ ਅਤੇ ਅਗਲੇ ਦਿਨ ਘਰ ਹੈ ਹੀ ਨਹੀਂ। ਚਲੋ ਯੂ ਨੋ, ਸੋ ਜਿਨ੍ਹਾਂ ਦੇ ਕੁੜੀਆਂ ਵਿਚਾਰਿਆਂ ਦੇ ਜ਼ਿਆਦਾ, ਅਤੇ ਇਸ ਤਰ੍ਹਾਂ ਕੁੜੀਆਂ ਸੋਚ ਲੈਣ ਕਿ ਉਹਨੇ ਪਹਿਲਾਂ ਹੀ ਗੱਲ ਮੁਕਾ ਲੈਂਦੀਆਂ, ਪਹਿਲੇ ਪਹਿਲਾਂ ਖਰਚਾ ਕਰਾ ਕੇ। ਕਿਸੇ ਦੀ ਲਾਈਫ ਦੇ ਨਾਲ ਨਹੀਂ ਖੇਡਣਾ ਚਾਹੀਦਾ ਹੈਗਾ, ਨਹੀਂ ਦਿਲ ਮਿਲਦਾ ਪਹਿਲਾਂ ਹੀ ਨਾ ਪਹਿਲਾਂ ਦੱਸ ਦਿਓ, ਪਹਿਲਾਂ ਦੱਸ ਦਿਓ ਵੀ ਮੇਰੀ ਕੋਈ ਮਜਬੂਰੀ ਹੈ ਜਾਂ ਕੁਛ ਵੀ ਹੈ, ਨਾਲੇ ਇੰਨਾ ਖਰਚਾ ਕਰਕੇ ਫੇਰ ਜਾਣ। ਦੋਸਤੋ ਤੁਸੀਂ ਕਹੋਗੇ ਅੱਜ ਇਹ ਗੱਲਾਂ ਨਾ ਬੜੀ ਜ਼ਰੂਰੀ ਹੈ, ਅੱਜ ਕੱਲ੍ਹ ਦੇ ਜ਼ਮਾਨੇ 'ਚ ਜਿਹੜੀਆਂ ਗੱਲਾਂ ਹੋ ਰਹੀਆਂ, ਜਿਹੜੇ ਕਰਦੇ ਹੈ, ਸਭ ਨੂੰ ਕਿਸੇ ਨੂੰ ਕਰਨਾ ਨਹੀਂ ਚਾਹੀਦਾ, ਜਿਹੜੇ ਕਰਦੇ ਆ ਉਹਨਾਂ ਨੂੰ ਵੀ ਇਹ ਇਨਫੋਰਮੇਸ਼ਨ ਮਿਲਦੀ ਹੈ ਕਿ ਵੀ ਇਹ ਹੋਣੀ ਨਹੀਂ ਚਾਹੀਦੀ ਚੀਜ਼, ਔਰ ਇਹ ਕੁੜੀਆਂ ਨੂੰ ਵੀ ਇਨਫੋਰਮੇਸ਼ਨ ਹੈ ਕਿ ਵੀ ਜੇ ਤੁਸੀਂ ਕੋਈ ਗੱਲ ਬਾਹਰ ਹੈਗੀ ਹੈ ਨਾ ਤਾਂ ਪਹਿਲਾਂ ਹੀ ਆਪਣੇ ਪੇਰੈਂਟਸ ਨੂੰ ਦੱਸੋ ਕਿਉਂ ਖਰਚਾ ਕਰਾਉਂਦੇ ਹੋ ਇੰਨਾ, ਕਿਉਂਕਿ ਬੜੀ ਮਿਹਨਤ ਨਾਲ ਮਾਂ ਬਾਪ ਕਮਾਉਂਦੇ ਹੈ, ਬੜੀ ਮਿਹਨਤ ਨਾਲ ਮਾਂ ਬਾਪ ਪੈਸਾ ਇਕੱਠਾ ਕਰਕੇ ਕੁੜੀਆਂ ਦੇ ਵਿਆਹ ਜਾਂਦੇ ਹੈ, ਕੁੜੀਆਂ ਦੇ ਵਿਆਹਾਂ 'ਤੇ ਖਰਚਾ ਕਿੰਨਾ ਹੀ ਹੁੰਦਾ, ਲੇਕਿਨ ਅੱਜ ਕੱਲ੍ਹ ਤਾਂ ਕਈ ਜਗ੍ਹਾ 'ਤੇ 50-50 ਹੋ ਰਿਹਾ। ਆਈ ਥਿੰਕ ਦੈਟਸ ਵੈਰੀ ਵੈਰੀ ਗੁੱਡ। ਫਿਰ ਤਾਂ ਇਹ ਨਹੀਂ ਹੁੰਦਾ ਕਿ ਵੀ ਕੁੜੀ ਪੈਦਾ ਹੋਈ ਹੈ ਕਿ ਮੁੰਡਾ ਪੈਦਾ ਹੋਇਆ, ਕੋਈ ਫਰਕ ਹੀ ਨਹੀਂ ਹੈਗਾ। ਸੋ ਇਹ ਚੀਜ਼ਾਂ ਨਾ ਅਸੀਂ ਤਾਂ ਗੱਲਾਂ ਕਰ ਰਹੇ ਹਾਂ ਤਾਂ ਕਿ ਕੁੜੀਆਂ ਨੂੰ ਇਹ ਪਤਾ ਲੱਗਿਆ ਕਿ ਵੀ ਜੇ ਕੋਈ ਗੱਲ ਹੈਗੀ ਨਾ ਪਹਿਲਾਂ ਹੀ ਆਪਣੇ ਪੇਰੈਂਟਸ ਨੂੰ ਦੱਸੋ, ਇਹ ਨਹੀਂ ਕਿ ਤੁਸੀਂ ਅਗਲੇ ਦਿਨ ਕੁਛ ਕੰਮ ਖਰਾਬ ਕਰੋ। ਦੋਨੇ ਧਿਰਾਂ ਦੀ ਬੇਇੱਜ਼ਤੀ ਵੀ ਹੁੰਦੀ ਹੈ, ਕਮਿਊਨਿਟੀ 'ਚ ਬੇਇੱਜ਼ਤੀ ਹੁੰਦੀ ਹੈ, ਦਿਲ ਖਰਾਬ ਹੁੰਦੇ ਹੈ, ਬਣਦਾ ਕੁਛ ਵੀ ਨਹੀਂ ਹੈ। ਸੋ ਇਹ ਚੀਜ਼ਾਂ ਨਾ ਪਹਿਲਾਂ ਹੀ ਕਲੀਅਰ ਕਰਨੀਆਂ ਚਾਹੀਦੀਆਂ ਜੀ, ਨਹੀਂ ਸਹੀ ਗੱਲ, ਇਹ ਗੱਲਾਂ। ਚਲੋ ਐਨੀਵੇ, ਇਹ ਤਾਂ ਆਪਾਂ ਮੈਂ ਤਾਂ ਅਸੀਂ ਮੈਂ ਦੱਸੀ ਜਿਹਨਾਂ ਲਈ ਗੱਲਾਂ ਕੀਤੀਆਂ, ਕਿਉਂਕਿ ਮੈਨੂੰ ਪਤਾ ਇਹ ਲੇਡੀ ਸੰਗੀਤ ਕਰਦੇ ਹੈ ਔਰ ਸਾਰਾ ਕੁਛ ਕਰਦੇ ਹੈ। ਹੋਰ ਕੀ ਕਰਦੇ ਹੋ ਤੁਸੀਂ ਲੇਡੀ ਸੰਗੀਤ ਤੋਂ ਇਲਾਵਾ? ਲੇਡੀ ਸੰਗੀਤ ਤੋਂ ਇਲਾਵਾ ਤਾਂ ਮੈਂ ਬੈੱਡ ਤੋੜਦੀ ਮੈਂ ਮੇਲੇ ਜਾਂ ਕਿਸ ਤਰ੍ਹਾਂ ਜਿਹੜੇ ਕੋਈ ਨਹੀਂ ਮੇਲੇ ਵਗੈਰਾ ਤਾਂ ਕਰੀਦੇ। ਹਾਂਜੀ ਮੇਲੇ ਵੀ ਕਰੀਦੇ, ਧਾਰਮਿਕ ਪ੍ਰੋਗਰਾਮ ਵੀ, ਧਾਰਮਿਕ ਪ੍ਰੋਗਰਾਮਾਂ 'ਚ ਵੀ। ਮੈਂ ਤਾਂ ਥੋੜ੍ਹਾ ਜੋਕ ਵਿੱਚ ਕਹਿਤਾ ਸੀ, ਜਿਹੜੀ ਮਤਲਬ ਧਾਰਮਿਕ ਪ੍ਰੋਗਰਾਮ ਵੀ ਜਾਂਦੇ ਆ, ਅਤੇ ਹੋਰ ਜਿਸ ਤਰ੍ਹਾਂ ਕੋਈ ਕਰਾ ਰਿਹਾ ਹੋਵੇ, ਤੀਆਂ ਦਾ ਕਰਾਇਆ ਹੋਵੇ, ਕਿਸ ਤਰ੍ਹਾਂ ਸਾਰਿਆਂ 'ਚ ਜਾਂਦੇ ਜੱਸੀ ਜੀ। ਸੋ ਇਟਸ ਗੁੱਡ, ਯੂ ਨੋ, ਆਪਣੇ ਜਿਹੜਾ ਆਰਟ ਹੈ ਨਾ ਉਹ ਜੱਸੀ ਜੀ ਅੱਗੇ ਲੈ ਕੇ ਆਉਣਾ ਚਾਹੀਦਾ। ਆਰਟ ਬਹੁਤ ਆ ਜੀ ਮੇਰੇ ਕੋਲ, ਪਰ ਕਈ ਕਈ ਥਾਂ ਕੱਢਣਾ ਪੈਂਦਾ, ਕਈ ਕਈ ਥਾਂ ਨਿਕਲਦਾ ਹੈ ਪਰ ਕਈ ਥਾਂ ਨਹੀਂ ਨਿਕਲਦਾ ਹੈ। ਇਸ ਓਕੇ, ਹਾਂਜੀ, ਜਿੰਨਾ ਜਿੰਨਾ ਜਿਹਦੀ ਕਿਸਮਤ 'ਚ ਲਿਖਿਆ ਨਾ ਜੱਸੀ ਜੀ, ਉਹ ਕਿਸੇ ਦੇ ਕਹੇ 'ਤੇ ਹਟਦਾ ਨਹੀਂ, ਕਿਸੇ ਦੇ ਕਹੇ 'ਤੇ ਅੱਗੇ ਆਉਂਦਾ ਨਹੀਂ। ਸੋ ਯੂ ਨੋ, ਕਈ ਸਿੰਗਰਸ ਨੇ ਇੰਨੀ ਤਰੱਕੀ ਕੀਤੀ ਹੈ, ਉਹਨਾਂ ਨੇ ਸੋਚੀ ਵੀ ਨਹੀਂ ਹੋਣੀ। ਜੀ ਜੀ, ਕਈ ਸਿੰਗਰ ਐਸੇ ਜਿਹੜੇ ਟੈਲੈਂਟਿਡ ਬੈਠੇ ਹੈ ਉਹ ਪਿੱਛੇ ਹੀ ਹੈ। ਸਹੀ ਗੱਲ ਹੈ, ਇਹ ਕਿਸਮਤ ਦੀਆਂ ਗੱਲਾਂ, ਜੋ ਜੋ ਕਿਸਮਤ 'ਚ ਲਿਖਿਆ ਹੈ ਨਾ ਸਭ ਨੇ ਆਪਣਾ ਦਾਣਾ ਪਾਣੀ ਉਸ ਤਰ੍ਹਾਂ ਉੱਥੇ ਉੱਥੇ ਚੁਗਣਾ ਹੀ ਹੈ। ਜੀ ਜੀ, ਇਹ ਤਾਂ ਆਪਾਂ ਕਹਿਣ ਵਾਲੀਆਂ ਗੱਲਾਂ ਕਿ ਜੀ ਜੇ ਸਾਨੂੰ ਨਹੀਂ ਬੁਲਾਇਆ ਤਾਂ ਕਿਹਨੂੰ ਨਹੀਂ ਬੁਲਾਇਆ, ਆਪਾਂ ਇਸ ਗੱਲ ਦੀ ਉਹੀ ਨਹੀਂ ਕਰੀਦੀ। ਜੀ, ਕਿਸਮਤ 'ਚ ਹੈਗਾ ਨਾ ਉਹ ਖਾਣਾ ਹੀ ਹੈ। ਮੈਨੂੰ ਉਹ ਗਾਣਾ ਯਾਦ ਆ ਜਾਂਦਾ, ਦਾਣਾ ਪਾਣੀ ਖਿੱਚ ਕੇ ਲਿਆਂਦਾ, ਕਦੇ ਗਾਇਆ ਕੌਣ ਕਿਸੇ ਦਾ ਦਾਣਾ ਪਾਣੀ ਖਿੱਚ ਕੇ? ਮੁਹੰਮਦ ਰਫੀ ਜੀ ਦੀ ਆਵਾਜ਼ ਹੈ, ਆਈ ਲਵ ਦੈਟ ਸੌਂਗ। ਦਾਣਾ ਪਾਣੀ ਖਿੱਚ ਕੇ ਲਿਆਂਦਾ, ਕੌਣ ਕਿਸੇ ਦਾ ਖਾਂਦਾ ਓ ਦਾਣਾ ਪਾਣੀ,
ਹਰ ਕੋਈ ਆਪਣੀ ਕਿਸਮਤ ਖਾਵੇ, ਤੈਨੂੰ ਜਸ ਐਵੇਂ ਮਿਲ ਜਾਵੇ, ਵੇ ਐਵੇਂ ਮਿਲ ਜਾਵੇ ਦਾਣਾ ਦਿਲ। ਆਵਾਜ਼ ਤਾਂ ਤੁਹਾਡੀ ਬਹੁਤ ਸਹੀ ਆ। ਆਏ ਹਾਏ ਆਵਾਜ਼ ਹੈ, ਤੁਸੀਂ ਰਿਆਜ਼ ਕਰਦੇ ਹੋ ਤਾਂ ਕਰਦੇ ਨਹੀਂ ਗੇ, ਤੁਹਾਡੀ ਆਵਾਜ਼ ਵਧੀਆ ਆ। ਸੋ ਇਹ ਚੀਜ਼ ਹੈ ਨਾ ਕਿ ਕਿਸਮਤ ਨੇ ਜਿੱਥੇ ਖਾਣਾ ਹੈ ਨਾ ਉੱਥੇ ਖਾਣਾ ਹੀ ਹੈ। ਸੋ ਇਹ ਚੀਜ਼ਾਂ 'ਚ ਮੈਂ ਬਹੁਤ ਬਿਲੀਵ ਕਰਦੀ ਹਾਂ, ਮੈਂ ਖੁਦ ਵੀ ਬਹੁਤ ਬਿਲੀਵ ਕਰਦੀ ਹਾਂ ਕਿਸਮਤ 'ਚ ਨਾ। ਯੈਸ, ਉੱਪਰ ਵਾਲੇ 'ਤੇ ਮੈਂ ਯਕੀਨ ਕਰਦੀ ਹਾਂ, ਮੈਂ ਵੀ ਜੋ ਕਿਸਮਤ 'ਚ ਹੈ ਨਾ ਉਹਨੇ ਦੇਣਾ ਹੀ ਹੈ, ਜੇ ਨਹੀਂ ਕਿਸਮਤ 'ਚ ਨਾ ਉਹਨੇ ਨਹੀਂ ਦੇਣਾ ਉਹ, ਜਿੰਨਾ ਮਰਜ਼ੀ ਇਨਸਾਨ ਜ਼ੋਰ ਲਾ ਲੇ। ਔਰ ਜਿਹੜਾ ਕੋਈ ਕਿਸੇ ਨੂੰ, ਤਾਂ ਹੀ ਕਿਸੇ ਨੇ ਕਿਹਾ ਨਾ ਕਿ ਰੱਬ ਦੇ ਅੱਗੇ ਆਪਾਂ ਨਾ ਝੋਲੀ ਫੈਲਾਉਂਦੇ ਹਾਂ ਨਾ, ਤਾਂ ਰੱਬ ਕਿਸੇ ਨੂੰ ਦੱਸਦਾ ਨਹੀਂ ਕਿ ਇਹਨੂੰ ਇਹ ਦੁੱਖ ਹੈ। ਕਿਸੇ ਦੇ ਅੱਗੇ ਰੋ ਕੇ ਦੇਖ ਲਓ, ਜਦੋਂ ਤੁਸੀਂ ਹੱਸੋਗੇ ਨਾ ਉਹ ਤੁਹਾਡੇ ਅੱਗੇ ਜਿਤਾਊਗਾ, ਨਕਲ ਤਾਂ ਰੋਂਦੀ ਸੀ ਅੱਜ ਹੱਸਦੀ ਹੈ। ਜੀ ਜੀ, ਇਹ ਜ਼ਿੰਦਗੀ ਦੀਆਂ ਸੱਚਾਈਆਂ ਹੈ, ਇਹ ਆਪਾਂ ਗੱਲ ਬਣਾ ਨਹੀਂ ਰਹੇ, ਮੈਂ ਬੜੀ ਜ਼ਿੰਦਗੀ ਦੀ ਸੱਚਾਈਆਂ ਨਾਲ ਚੱਲਦੀ ਹਾਂ। ਸੋ ਜੋ ਮੰਗਣਾ ਹੈ ਨਾ ਉੱਪਰ ਵਾਲੇ ਕੋਲੋਂ ਮੰਗੋ, ਹਮੇਸ਼ਾ ਉਸ ਕੋਲੋਂ ਰੋ ਕੇ ਮੰਗੋ, ਹੱਸ ਕੇ ਮੰਗੋ, ਉਹ ਦੇ ਦਿੰਦਾ। ਮੈਂ ਤਾਂ ਸੱਚੀ ਦੱਸਾਂ, ਮੈਂ ਕਈ ਵਾਰੀ ਕਮਲੀ ਗੱਲ ਵੀ ਮੰਗ ਲੈਂਦੀ ਹਾਂ, ਉਹ ਵੀ ਰੱਬ ਪੂਰੀ ਕਰ ਦਿੰਦਾ। ਹੀ ਇਜ਼ ਗ੍ਰੇਟ, ਹੀ ਇਜ਼ ਵੰਡਰਫੁਲ। ਬ੍ਰੇਕ ਵੱਲ ਚੱਲੀਏ। ਜੀ ਜੀ, ਲਓ ਦੋਸਤੋ, ਛੋਟੀ ਜਿਹੀ ਬ੍ਰੇਕ ਵੱਲ ਜਾ ਰਹੇ ਹਾਂ, ਬ੍ਰੇਕ ਤੋਂ ਸਭ ਦਾ ਸਵਾਗਤ ਕਰਾਂਗੇ। ਜੀ ਆਇਆਂ ਨੂੰ ਕਹਾਂਗੇ, ਜੀ ਸੱਦ ਕੇ ਕਹਾਂਗੇ, ਜੀ ਵਾਰੀ ਕਹਾਂਗੇ। ਬਿਲਕੁਲ ਹੀ ਅੱਜ ਜੋ ਮੇਰੇ ਕੋਲ ਕਲਾਕਾਰ ਆਈ ਹੈ, ਸ਼ੀ ਇਜ਼ ਵੰਡਰਫੁਲ, ਸ਼ੀ ਇਜ਼ ਗ੍ਰੇਟ। ਦੂਰ ਨਾ ਜਾਣਾ, ਨੇੜੇ ਨੇੜੇ ਰਹਿਣਾ, ਜਸਟ ਔਨ ਕਾਂਚੀ ਟੀ ਵੀ ਚੈਨਲ 772 'ਤੇ। ਸੋਹਣਿਓ, ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ, ਤੁਸੀਂ ਵੀ ਇੰਤਜ਼ਾਰ ਕਰੀਓ, ਕਿਉਂਕਿ ਇਸ ਗਾਇਕ ਕੋਲੋਂ ਬਹੁਤ ਕੁਛ ਆਪਾਂ ਅੱਜ ਸੁਣਨਾ। ਲੇਕਿਨ ਮੈਂ ਹਮੇਸ਼ਾ ਜੋ ਕਹਿੰਦੀ ਹੁੰਦੀ ਹਾਂ ਕਿ ਕਾਂਚੀ ਟੀ ਵੀ ਨੂੰ ਪੂਰੀ ਤਰ੍ਹਾਂ ਸਪੋਰਟ ਕਰਿਆ ਕਰੋ, ਤਾਂ ਕਿ ਕਾਂਚੀ ਟੀ ਵੀ ਇਸ ਤਰ੍ਹਾਂ ਦੇ ਖੂਬਸੂਰਤ ਪ੍ਰੋਗਰਾਮ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵੇ। ਵੈਸੇ ਤਾਂ ਕਾਂਚੀ ਟੀ ਵੀ ਬੁਲੰਦੀਆਂ 'ਚ ਹੋ ਰਿਹਾ, 24 ਘੰਟੇ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਲਿਆ ਕੇ ਦਿੰਦਾ, ਸਾਰੀ ਤਰ੍ਹਾਂ ਦੀ ਇਨਫੋਰਮੇਸ਼ਨ ਦਿੰਦਾ। ਸੋ ਸਟੇ ਟਿਊਨ, ਵਿਲ ਬੀ ਬੈਕ ਰੀਅਲੀ ਰੀਅਲੀ ਸੂਨ। ਪਾਣੀ ਤਾਣੀ ਪੀ ਲਓ, ਇੰਗਲਿਸ਼ ਚਾਹ ਬਣਾ ਲਈਏ, ਦੂਸਰੀ ਨਾ ਬਣਾ ਲਈ। ਸੱਚੀ ਕਹਿ ਰਹੀ ਹਾਂ, ਸਟੇ ਟਿਊਨ, ਵਿਲ ਬੀ ਬੈਕ ਰੀਅਲੀ। ਮੈਂ ਕੱਲੀ ਨਹੀਂ ਕਹਿੰਦੀ ਜੋਬਰਾ, ਦੁਨੀਆ ਸਾਰੀ ਕਹਿੰਦੀ, ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ ਸੋਹਣਿਆ, ਧਮਕ ਜਲੰਧਰ ਪੈਂਦੀ ਸੋਹਣਿਆ, ਧਮਕ ਜਲੰਧਰ ਪੈਂਦੀ, ਧਮਕ ਚੰਡੀਗੜ੍ਹ ਪੈਂਦੀ ਸੋਹਣਿਆ, ਧਮਕ ਚੰਡੀਗੜ੍ਹ ਪੈਂਦੀ। ਜੀ ਹਾਂ ਦੋਸਤੋ, ਅਸੀਂ ਵੀ ਗਿੱਧੇ ਦਾ ਸ਼ੌਕ ਰੱਖਦੇ ਹਾਂ, ਅਸੀਂ ਬਹੁਤ ਗਿੱਧਾ ਕੀਤਾ, ਲੇਕਿਨ ਕਬੂਲ ਕਰੋ, ਸਵੀਕਾਰ ਕਰੋ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਗੁੱਡ ਈਵਨਿੰਗ, ਨਮਸਤੇ, ਸਲਾਮਲੇਕਮ ਅਤੇ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਗੁਰਦੇਵ। ਹੋਰ ਸੁਣਿਓ, ਕੀ ਹਾਲ ਚਾਲ। ਇਸ ਪ੍ਰੋਗਰਾਮ ਤੁਹਾਡਾ ਸਵਾਗਤ ਕਰਦੇ ਹੋਏ ਮੈਂ ਦੱਸਾਂਗੀ ਕਿ ਅੱਜ ਆਪਣੇ ਸਿਤਾਰੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਜੋ ਕਲਾਕਾਰਾਂ ਆਈ ਹੋਈ ਹੈ, ਸ਼ੀ ਇਜ਼ ਬਿਊਟੀਫੁਲ, ਸ਼ੀ ਇਜ਼ ਗ੍ਰੇਟ, ਸ਼ੀ ਇਜ਼ ਵੰਡਰਫੁਲ, ਸ਼ੀ ਹੈਜ਼ ਗੋਟ ਬਿਊਟੀਫੁਲ ਵੋਇਸ। ਸਾਡੇ ਵਨ ਐਂਡ ਦਾ ਓਨਲੀ ਜਸਵਿੰਦਰ ਜੱਸੀ ਜੀ, ਉਹਨਾਂ ਦਾ ਸਵਾਗਤ ਕਰਾਂਗੇ। ਵੈਲਕਮ ਬੈਕ ਜੀ। ਹਾਂਜੀ, ਕਾਂਚੀ ਟੀ ਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਜਗਦੀਪ ਜੀ ਤੁਹਾਨੂੰ ਵੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਘੁੱਟ ਕੇ ਪਿਆਰ, ਘੁੱਟ ਕੇ ਗਲਵੱਕੜੀ। ਹਾਏ ਹਾਏ, ਅੱਛਾ, ਇਹ ਚਿੱਠੀਆਂ 'ਚ ਲਿਖਦੇ ਹੁੰਦੇ ਸੀ। ਅੱਛਾ, ਹਾਂਜੀ, ਨਹੀਂ ਮੈਂ ਤਾਂ ਕਿਹਾ ਘੁੱਟ ਘੁੱਟ ਕੇ ਪਿਆਰ ਕਹਿੰਦੇ ਆ, ਘੁੱਟ ਕੇ ਨਹੀਂ, ਘੁੱਟ ਕੇ ਗਲਵੱਕੜੀ। ਆਲਰਾਈਟ, ਹਾਂਜੀ, ਹੁਣ ਮੈਂ ਰੇਡੀਓ ਤੇ ਕਿਹਾ ਕਰੂੰ ਘੁੱਟ ਕੇ ਗਲਵੱਕੜੀ। ਗਲਵੱਕੜੀ ਆ। ਅੱਛਾ, ਸੱਚੀ, ਦੈਟਸ ਨਾਈਸ। ਮੈਂ ਚਿੱਠੀ ਲਿਖਦੀ ਰਹੀ ਹਾਂ ਛੋਟੀ ਹੁੰਦੀ, ਸਾਡੀ ਮਦਰ ਲਿਖਾਉਂਦੀ ਹੁੰਦੀ ਸੀਗੀ, ਤਾਂ ਫਿਰ ਚਿੱਠੀ ਦੇ ਵਿੱਚ ਅਸੀਂ ਇਹ ਲਿਖਦੇ ਹੁੰਦੇ ਸੀ ਲਫ਼ਜ਼, ਓਕੇ, ਤੁਹਾਨੂੰ ਪਿਆਰ ਭਰੀ ਘੁੱਟ ਕੇ ਗਲਵੱਕੜੀ। ਹਾਏ, ਕਿੰਨੀ ਨੇੜਤਾ ਦਿਖਦੀ ਹੈ ਨਾ ਇਸ ਲਫ਼ਜ਼ 'ਚ। ਜੀ, ਗਲਵੱਕੜੀ ਵੀ ਮਤਲਬ ਹੈ ਹੱਗ, ਇੰਗਲਿਸ਼ 'ਚ ਕਹਿੰਦੇ ਆ। ਹਾਂਜੀ, ਦੈਟਸ ਨਾਈਸ। ਅੱਛਾ, ਅਸੀਂ ਆਪਾਂ ਗੱਲ ਕਰ ਰਹੇ ਸੀਗੇ, ਜਿਹੜੇ ਪੁਰਾਣੇ ਸਿੰਗਰ ਸੀ ਜਗਮੋਹਨ ਕੌਰ, ਨਰਿੰਦਰ ਬੀਬਾ ਜੀ, ਇਹਨਾਂ 'ਚੋਂ ਤੁਹਾਨੂੰ ਕਿਹੜੇ ਚੰਗੇ ਲੱਗਦੇ ਸੀ, ਕਿਹਨਾਂ ਦੇ ਗੀਤ ਚੰਗੇ? ਸਾਰੇ ਚੰਗੇ, ਸਾਰੇ ਨਾ, ਸਾਰੇ।
ਸਾਰੇ ਉਹਨਾਂ ਦੇ ਕਿਹੜਾ ਕਿਹੜਾ ਕਿਸੇ ਦਾ ਗੀਤ ਕੋਈ ਗੁਣਗੁਣਾਉਣ ਨੂੰ ਦਿਲ ਜ਼ਰੂਰੀ ਨਹੀਂ ਤੁਸੀਂ ਆਪਣੇ ਗਾਣੇ ਅੱਗੇ ਜਾ ਕੇ ਗਾਈਓ ਤੁਸੀਂ ਆਪਣੇ ਵੀ, ਪਰ ਕਿਹਦਾ ਕਿਹਦਾ ਕਿਹੜਾ ਗਾਣਾ ਸੋਹਣਾ ਲੱਗਦਾ? ਜਿਸ ਤਰ੍ਹਾਂ ਮੈਂ ਹੁਣ ਹਾਂ ਚੰਨ ਜੰਡਿਆਲ ਵੀ ਜਿੱਦਾਂ ਲਿਖਿਆ ਹੋਇਆ, ਮੈਂ ਇਕੱਲੀ ਨਹੀਂ ਕਹਿੰਦੀ ਸੋਹਣਿਆ ਦੁਨੀਆ ਸਾਰੀ ਕਹਿੰਦੀ, ਚੰਨ ਜੰਡਿਆਲ ਵੀ ਤਾਂ ਜ਼ਿੰਦਾਬਾਦ, ਉਹਨਾਂ ਨੇ ਜੋ ਕਮਾਲ ਕੀਤੀ ਉਹਨੇ ਲਿਖ ਕੇ। ਆਈ ਡੋਂਟ ਚੰਨ ਜੰਡਿਆਲਵੀ ਜੀ ਦਾ ਹੀ ਮੈਂ ਇੱਕ ਗਾਣਾ ਤੁਹਾਨੂੰ ਸੁਣਾ ਦਿੰਦੀ ਹਾਂ, ਉਹਨਾਂ ਦਾ ਇੱਕ ਗਾਣਾ ਮੈਂ ਵੀ ਗਾਇਆ, ਉਹ ਪ੍ਰੋਗਰਾਮ ਜ਼ਰੂਰ ਦੇਖਦੇ ਆ ਤੁਹਾਨੂੰ। ਹਾਂਜੀ, ਗੋਰੇ ਰੰਗ ਦੇ ਪੈਣ ਲਿਸ਼ਕਾਰੇ, ਉਹ ਗੇੜਾ ਦੇਈਏ ਆਪਾਂ ਦੋਵੇਂ ਮੋਟਿਆਰੇ, ਲੰਮੀ ਲੰਮੀ ਬਾਂਹ ਕਰਕੇ ਆ ਜਾ ਆ ਜਾਨੀ, ਹੋਏ ਆ ਜਾ ਆ ਜਾਨੀ ਪਤਲੀਏ ਨਾਰੇ, ਥੋੜਾ ਜਿਹਾ ਹਿਆ ਕਰਕੇ ਆ ਜਾ ਆ ਜਾਨੀ ਸੁਨੱਖੀਏ ਨਾਰੇ, ਲੰਮੀ ਲੰਮੀ ਬਾਂਹ ਕਰਕੇ। ਕੀ ਬਾਤ ਹੈ, ਕੀ ਬਾਤ ਹੈ! ਚੰਨ ਜੰਡਿਆਲ ਵੀ ਤਾਂ ਲਿਖਿਆ ਮੈਂ ਗਾਇਆ ਹੈ ਜੀ। ਅੱਛਾ ਅੱਛਾ, ਰਿਲੀਜ਼ ਕੀਤਾ ਹੋਇਆ ਤੁਸੀਂ? ਵੈਸੇ ਜੱਸੀ ਜੀ ਨੇ ਆਪਣੇ ਗਾਣੇ ਦੋਸਤੋ ਬਹੁਤ ਹੀ ਰਿਲੀਜ਼ ਕੀਤੇ ਹੋਏ ਹੈ, ਕਿ ਕਈ ਵਾਰੀ ਮੌਕਾ ਹੀ ਨਹੀਂ ਲੱਗਦਾ ਇਹ ਜਦੋਂ ਆਉਂਦੇ ਨਾ, ਇੰਨਾ ਕੁ ਟਾਈਮ ਸਾਡੇ ਕੋਲ ਓਨਾ ਕੁ ਹੁੰਦਾ ਕਿ ਸਾਰੇ ਇਹਨਾਂ ਦੇ ਗੀਤ ਆਪਾਂ ਸੁਣੀਏ। ਅਤੇ ਲੇਕਿਨ ਚੰਨ ਜੰਡਿਆਲ ਜੀ ਦੀ ਮੈਂ ਗੱਲ ਕੀਤੀ ਹੈ ਨਾ, ਕਿ ਜਦੋਂ ਮੇਰੇ ਕੋਲ ਆਏ ਸੀ ਉਹਨਾਂ ਨੇ ਜਦੋਂ ਦੱਸਿਆ ਨਾ ਕਿ ਮਧਾਣੀਆਂ ਗਾਣਾ ਉਹਨਾਂ ਨੇ ਲਿਖਿਆ, ਇਹ ਗਾਣਾ ਉਹਨਾਂ ਨੇ ਲਿਖਿਆ, ਉਹ ਗਾਣਾ ਉਹਨਾਂ ਨੇ ਲਿਖਿਆ, ਸੋ ਇੰਨਾ ਅੱਛਾ ਲੱਗਦਾ ਉਹਨਾਂ ਨਾਲ ਗੱਲਬਾਤ ਕਰਕੇ, ਕਿ ਇਹ ਕਲਾ ਜਿਹੜੀ ਹੈ ਨਾ ਇਹ ਉੱਪਰ ਵਾਲਾ ਕਿਸੇ ਕਿਸੇ ਨੂੰ ਦਿੰਦਾ, ਉੱਪਰ ਵਾਲੇ ਨੇ ਨਾ ਕਲਾ ਜਿਹੜੀਆਂ ਦਿੱਤੀਆਂ ਹੋਈਆਂ ਨਾ ਮਿੱਥ ਕੇ ਦਿੱਤੀਆਂ, ਤੂੰ ਆਹ ਜਾ ਕੇ ਨੀਚੇ ਜਾ ਕੇ ਕੰਮ ਕਰਨਾ, ਤੂੰ ਆਹ ਨੀਚੇ ਜਾ ਕੇ ਕੰਮ ਕਰਨਾ, ਤੂੰ ਆਹ ਨੀਚੇ ਜਾ ਕੇ ਕੰਮ ਕਰਨਾ। ਸੋ ਆਈ ਥਿੰਕ ਚੰਨ ਜੰਡਿਆਲ ਵੀ ਜੀ ਡੂਇੰਗ ਗ੍ਰੇਟ ਜੋਬ। ਜਿਹੜੇ ਹੋਰ ਵੀ ਸਾਡੇ ਬੜੇ ਹੀ ਇੱਥੇ ਵੱਡੇ ਵੱਡੇ ਰਾਈਟਰਸ ਨੇ, ਬਹੁਤ ਸੋਹਣਾ ਲਿਖਦੇ ਨੇ ਸਾਰੇ, ਔਰ ਸਾਰੇ ਯੰਗਸਟਰਸ ਨੂੰ ਨਚਾਉਂਦੇ ਆ, ਉਹਨਾਂ ਦੇ ਅਲਫਾਜ਼ ਇੰਨੇ ਸੋਹਣੇ ਹੁੰਦੇ ਆ। ਸੋ ਸਭ ਨੂੰ ਸਾਡਾ ਸਲਿਊਟ ਹੈ ਜਿਹੜੇ ਵੀ ਸਾਡੇ ਰਾਈਟਰਸ ਗਾਣੇ ਇਹਨਾਂ ਨੂੰ ਲਿਖਦੇ ਆ। ਹਾਂਜੀ ਜੱਸੀ ਜੀ, ਅਤੇ ਤੁਸੀਂ ਗਾਣੇ ਬੜੇ ਰਿਲੀਜ਼ ਕੀਤੇ ਹੋਏ, ਤੁਹਾਨੂੰ ਜਗਮੋਹਨ ਕੌਰ ਦਾ ਕਿਹੜਾ ਗੀਤ ਸੋਹਣਾ ਲੱਗਦਾ ਜਿਸ ਤਰ੍ਹਾਂ ਮੈਂ ਹੁਣ ਸੁਣਾਇਆ ਇੱਕ? ਜਗਮੋਹਨ ਕੌਰ ਦੇ ਮੈਂ ਗਾਣੇ ਸੁਣੇ ਤਾਂ ਬਹੁਤ ਆ, ਪਰ ਹੁਣ ਇੱਕਦਮ ਨਹੀਂ ਕੋਈ ਯਾਦ ਹੋਣਾ ਮੈਨੂੰ। ਅਤੇ ਮਧਾਣੀਆਂ ਦੀ ਤੁਸੀਂ ਗੱਲ ਕੀਤੀ ਸੀ, ਮਧਾਣੀਆਂ ਗਾਣੇ ਦੇ ਮੈਂ ਦੋ ਬੋਲ ਜ਼ਰੂਰ ਸੁਣਾ ਦੂੰਗੀ। ਜ਼ਰੂਰ, ਉਹ ਵੀ ਚੰਨ ਜੰਡਿਆਲ ਵੀ ਜੀ ਦੇ। ਹਾਂਜੀ ਹਾਂਜੀ, ਮਧਾਣੀਆਂ ਹਾਇਓ ਮੇਰੇ ਡਾਡਿਆ ਰੱਬਾ, ਕਿਨਾ ਜੰਮੀਆਂ ਕਿਨਾ ਨੇ ਲੈ ਜਾਣੀਆਂ, ਹਾਇਓ ਮੇਰੇ ਡਾਡਿਆ ਰੱਬਾ, ਕਿਨਾ ਜੰਮੀਆਂ ਕਿਨਾ ਨੇ ਲੈ ਜਾਣੀਆਂ। ਕੀ ਬਾਤ ਹੈ! ਮਹਿੰਦੀ ਲੱਗਦੀ ਸੁਹਾਗਣਾ ਨੂੰ ਨਹੀਂ ਓ ਮਰਦੇ ਦਮਾ ਤੱਕ ਲੈਂਦੀ, ਹਾਏ ਲੱਗਦੀ ਸੁਹਾਗਣਾ ਨੂੰ ਨਹੀਂ ਓ ਮਰਦੇ ਦਮਾ ਤੱਕ ਲੈਂਦੀ, ਧੀਆਂ ਰਾਣੀਆਂ ਮੈਨੂੰ ਲੱਗਦਾ ਮੈਨੂੰ ਅੱਜ ਰੁਆ ਕੇ ਜਾਊਂ। ਨਹੀਂ ਨਹੀਂ ਮੈਂ ਰੋਣਾ ਨਹੀਂ, ਤੁਹਾਨੂੰ ਆਪਾਂ ਕੁਛ ਹੋਰ ਗਾਉਂਦੇ ਹਾਂ। ਬਿਲਕੁਲ, ਮੈਂ ਤਾਂ ਕਿਹਾ ਨਾ ਕਿ ਜਿਹੜੇ ਇਹੋ ਜਿਹੇ ਗੀਤ ਹੈ ਨਾ, ਇਹ ਇੰਝ ਲੱਗਦੇ ਜਿਵੇਂ ਨਾ ਇਕੱਲਾ ਬੈਠ ਕੇ ਨਾ ਕੋਈ ਸਕੂਨ 'ਚ ਬੈਠ ਕੇ ਸੁਣਦਾ ਹੈ, ਅਤੇ ਬੜਾ ਜੇ ਕਿਸੇ ਉਦਾਸ ਹੋਇਆ ਹੋਵੇ ਨਾ ਇਹੋ ਜਿਹੇ ਗਾਣੇ ਸੁਣੇ, ਕਹਿੰਦੇ ਨਾ ਕਿ ਇਸ ਲੋਹੇ ਨੂੰ ਲੋਹਾ ਮਾਰਦਾ ਹੈ। ਓਵਰ ਜੀ, ਜਦੋਂ ਮੈਂ ਕਈ ਵਾਰ ਲੇਡੀ ਸੰਗੀਤ ਕਰਦੀ ਹਾਂ ਨਾ ਕੁੜੀ ਵਾਲਿਆਂ ਦੇ ਘਰ, ਜਦੋਂ ਮੈਂ ਇਹ ਗਾਣਾ ਗਾਉਂਦੀ ਨਾ ਮਧਾਣੀ ਸੁਹਾਗ, ਹਾਂਜੀ, ਤਾਂ
ਕਈ ਵਾਰੀ ਲੇਡੀਜ਼ ਮੇਰੇ ਸਾਹਮਣੇ ਬਹਿ ਕੇ ਰੋਣਾ ਸ਼ੁਰੂ ਕਰ ਦਿੰਦੀ ਹਾਂ, ਮੇਰੇ ਤੋਂ ਦੋ ਬੋਲ ਨਹੀਂ ਗਾ ਹੁੰਦੇ ਹੈਗੇ, ਮੇਰਾ ਆਪਣਾ ਮਨ ਇੰਨਾ ਭਰ ਜਾਂਦਾ ਆ, ਮੇਰੀ ਆਵਾਜ਼ ਨਹੀਂ ਨਿਕਲਦੀ ਇਸ ਗਾਣੇ 'ਤੇ। ਹਾਂਜੀ ਗੱਲ ਹੈ, ਇਹੋ ਜਿਹੇ ਗਾਣੇ ਨਾ ਗਾਣੇ ਸਭ ਦੇ ਸਾਹਮਣੇ ਬੜੇ ਔਖੇ ਆ। ਜੀ 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 ਬਿਲਕੁਲ, ਆਵਾਜ਼ ਨਹੀਂ, ਕਈ ਵਾਰੀ ਇੰਨਾ ਜ਼ਿਆਦਾ ਲੇਡੀਜ਼ ਮੈਨੂੰ ਟਿਸ਼ੂ ਫੜਾਉਣਗੇ ਵੀ ਤੂੰ ਹੰਝੂ ਸਾਫ਼ ਕਰ ਆਪਣੇ, ਹੈ ਨਾ, ਨਹੀਂ ਗਾ ਹੁੰਦਾ ਕਈ ਵਾਰੀ। ਸੱਚੀ ਗੱਲ ਹੈ, ਲੇਕਿਨ ਜੋ ਇਹ ਚੀਜ਼ਾਂ ਜੇ ਕੋਈ ਗਾਏਗਾ ਹੀ ਨਹੀਂ ਤਾਂ ਪਤਾ ਕਿਵੇਂ ਲੱਗੂ ਬੱਚਿਆਂ ਨੂੰ ਸਾਡਾ ਕੀ ਕਲਚਰ ਹੈ, ਕੀ ਕਹਿੰਦਾ ਆਪਣਾ ਕੀ ਪਹਿਰਾਵਾ। ਪਰ ਕਈ ਕਈ ਜਗ੍ਹਾ ਇੱਦਾਂ ਦੀ ਵੀ ਹੁੰਦੀ ਹੈ ਜਗਦੀਪ ਜੀ, ਜਿਹਨਾਂ ਕੁੜੀਆਂ ਦਾ ਵਿਆਹ ਹੁੰਦਾ ਉਹ ਕਹਿ ਨਹੀਂ ਆ, ਰੋਣ ਜਿਹੇ ਵਾਲੇ ਸੁਹਾਗ ਨਾ ਗਾਏ, ਤੁਸੀਂ ਸਿੱਧਾ ਚੱਕ ਲਓ ਰੱਖ ਲਓ ਕਰ ਦਿਓ। ਕਈਆਂ ਨੂੰ ਹੁੰਦਾ, ਕਈਆਂ ਨੂੰ ਇਹ ਹੁੰਦਾ ਵੀ ਤੁਸੀਂ ਜੇ ਸੁਹਾਗ ਗਾਏ ਵੀ ਸਾਡਾ ਰੋਣਾ ਨਿਕਲੂਗਾ, ਸਾਨੂੰ ਦੇਖ ਕੇ ਸਾਰੇ ਰੋਣਗੇ। ਫਿਰ ਕਈ ਵਾਰੀ ਅਸੀਂ ਨਹੀਂ ਵੀ ਗਾਈਦੇ ਹੈਗੇ। ਅੱਛਾ ਅੱਛਾ, ਉਹ ਕਹਿੰਦੇ ਚੱਕ ਮਾਰ ਕੰਮ, ਇੱਕ ਇੱਕ ਲਾਈਨ ਗਾ ਕੇ ਪੰਜ ਕਰ ਦਿੰਦੇ ਆ, ਜ਼ਰੂਰੀ ਥੋੜਾ ਸਾਰਾ ਸਾਰਾ ਕਹਿੰਦੇ। ਹਾਂਜੀ, ਕਈ ਵਾਰੀ ਅਸੀਂ ਵੀ ਸ਼ਾਰਟਕੱਟ ਤੇ ਆ ਜੀਦਾ। ਹਾਂ, ਮੈਂ ਤਾਂ ਇੱਕ ਇੱਕ ਦੋ ਦੋ ਬੋਲ ਕੇ, ਉਹ ਕਹਿੰਦੇ ਜੀ ਬੋਲੀਆਂ ਸੁਣਾ ਦਿਓ, ਤੁਸੀਂ ਨੱਚਣ ਟੱਪਣ ਵਾਲਾ ਮਾਹੌਲ ਰੱਖਿਓ ਵੀ ਤੁਸੀਂ ਰੋਣੇ ਵਾਲੇ ਪਾਸੇ ਨੂੰ ਜਾਇਓ ਹੀ ਨਾ। ਅੱਛਾ ਹਾਂਜੀ, ਦੈਟਸ ਗੁੱਡ ਨਾ, ਕਿਉਂਕਿ ਗੁੱਡ ਐਟਮੋਸਫੇਅਰ ਹੁੰਦਾ ਜਦੋਂ ਜਾਂਦੇ ਹੋ ਤੁਸੀਂ ਲੇਡੀ ਸੰਗੀਤ, ਤੇ ਫਿਰ ਤੁਹਾਨੂੰ ਲੱਗਦਾ ਕਿ ਵੀ ਸਾਰੇ ਖੁਸ਼ ਹੀ ਰਹਿਣ ਜਦੋਂ ਤੁਸੀਂ ਜਾਂਦੇ ਹੋ। ਕਿਉਂਕਿ ਅਸੀਂ ਤਾਂ ਦੇਖੋ ਜੀ, ਅਗਲੇ ਸਾਨੂੰ ਬੁੱਕ ਕੀਤਾ ਹੁੰਦਾ ਸੀ, ਅਸੀਂ ਤਾਂ ਆਪ ਅਗਲਿਆਂ ਦਾ ਇੰਟਰਟੇਨਮੈਂਟ ਕਰਨ ਲਈ ਜਾਈਦਾ, ਜਿਸ ਤਰ੍ਹਾਂ ਕੋਈ ਮੰਗਦਾ। ਹਾਂਜੀ ਹਾਂਜੀ, ਜਿਸ ਤਰ੍ਹਾਂ ਅਗਲਾ ਚਾਹੁੰਦਾ, ਹੈ ਨਾ, ਅਸੀਂ ਥੋੜ੍ਹਾ ਚਾਹੁੰਦੇ ਵੀ ਅਗਲਾ ਸਾਡੇ ਮੂਹਰੇ ਬਹਿ ਕੇ ਰੋਵੇ, ਹੈ ਨਾ। ਸੱਚੀ ਗੱਲ ਜੀ। ਅੱਛਾ, ਕੁੜੀਆਂ ਦੇ ਵਿਆਹ ਦੀਆਂ ਸੁਹਾਗ ਅਤੇ ਮੁੰਡਿਆਂ ਦੇ ਵਿਆਹ ਦੀਆਂ ਘੋੜੀਆਂ? ਘੋੜੀਆਂ, ਹਾਂਜੀ। ਅੱਛਾ ਜੀ, ਮਤਲਬ ਕਿ ਸਾਰਾ ਕੁਛ ਤੁਹਾਡਾ ਮਸਾਲਾ ਰੈਡੀ ਹੁੰਦਾ। ਜੀ ਜੀ ਜੀ, ਦੈਟਸ ਗੁੱਡ। ਅੱਛਾ, ਮੈਂ ਤੁਹਾਡਾ ਪਿਛਲੀ ਵਾਰੀ ਨਾ ਮਿਰਜ਼ਾ ਵੀ ਸੁਣਿਆ ਸੀ ਜੀ, ਤੁਸੀਂ ਕਹਿਣਾ ਜਿਹਦੀ ਵੀ ਐਡੇ ਔਖੀ ਔਖੀ ਚੀਜ਼ਾਂ ਪੁੱਛਣ ਲੱਗ ਜਾਂਦੀ। ਹਾਂਜੀ, ਪਰ ਆਈ ਲਾਈਕ ਦਾ ਵੇ ਯੂ ਸਿੰਗ ਮਿਰਜ਼ਾ, ਥੋੜ੍ਹੀ ਜਿਹਾ ਇੱਕ ਪੈਰਾ ਹੋ ਜੇ ਮਿਰਜ਼ੇ ਦਾ। ਜੇ ਮੈਂ ਢਾਈਏ 'ਚ, ਅੱਛਾ ਜੇ ਮੈਂ ਢਾਈਏ 'ਚ ਗਾ ਦਵਾਂ ਉਹ ਨਹੀਂ ਵਧੀਆ? ਜੱਟ ਚੜਦੇ ਮਿਰਜ਼ੇ ਖਾਨ ਨੂੰ, ਵੱਡੀ ਭਾਬੀ ਲੈਂਦੀ ਥੰਮਾ, ਬੇ ਮੈਂ ਕਦੇ ਨਾ ਦਿਓਰੇ ਵੰਗਾਰਿਆ, ਬੇ ਮੈਂ ਕਦੇ ਨਾ ਦਿਓਰੇ ਵੰਗਾਰਿਆ, ਬੇ ਤੂੰ ਕਦੇ ਨਾ ਆਇਓ ਕੰਮ ਵੇ, ਟਾਂ 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 ਟੰਡਣਾ ਡਾਂਡਾ। ਕਿਆ ਬਾਤ ਹੈ, ਇਹ ਢਾਈਆ ਕਹਿੰਦੇ, ਇਹਦਾ ਮਤਲਬ ਕੀ ਨਿਚਲੇ ਸੁਰ 'ਚ? ਇੰਨੇ ਹੀ ਇਹਨੂੰ ਢਾਈਏ, ਇੱਕ ਤਾਂ ਹੁੰਦਾ ਨਾ ਹੇਕ ਲਾ ਕੇ ਸੀਗਾ ਇਹਦਾ। ਅੱਛਾ, ਹੋ ਇੱਕ ਇਹ ਹੁੰਦਾ, ਇਹਨੂੰ ਇਹ ਢਾਈ ਤੋਂ ਉੱਪਰ ਹੁੰਦਾ, ਇਹ 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 ਦੂਨ ਦੇ ਵਿੱਚ ਹੁੰਦਾ, ਡਬਲ ਦੇ ਵਿੱਚ ਦੁਗਨ, ਦੁਗਨ ਗਲ 'ਚ ਜਿਹਨੂੰ ਕਹਿ ਲਿਆ ਜਾਂਦਾ ਦੁਗਨ, ਇੱਕ ਹੁੰਦੀ ਹੈ ਇਹ ਜਾਂ ਸਿੰਗਲ, ਇੱਕ ਹੁੰਦਾ ਦੁਗਨ ਜੀ, ਇਹ ਦੁਗਨ 'ਚ ਗਾਇਆ ਜਾਂਦਾ ਹੈ ਜੀ। ਕਈ ਢੋਲ ਨਾਲ ਗਾਉਂਦੇ ਉਹ, ਇਹ ਜਿਹੜਾ ਹੇਕ ਵਾਲਾ ਆ ਉਹ ਦੁਗਨ ਦੇ ਵਿੱਚ ਹੀ ਗਾਇਆ ਜਾਂਦਾ, ਕਿਉਂਕਿ ਉਹਦੇ ਵਿੱਚ ਤੁਹਾਨੂੰ ਜੇ ਤੁਹਾਡੀ ਚਕਾਈ ਨਹੀਂ ਨਾ ਕਰਾਉਂਦੇ, ਹੋ ਮਤਲਬ ਕਿ ਕਹਿੰਦੇ ਨਰਿੰਦਰ ਬੀਬਾ ਜੀ ਦੀ ਹੇਕ ਮੰਨੀ ਹੋਈ ਸੀ ਜੀ ਜੀ, ਅਤੇ ਤੁਹਾਡੀ ਹੇਕ ਵੀ ਤਾਂ ਮੰਨੀ ਹੋਈ ਹੈ, ਮੈਨੂੰ ਲੱਗਦਾ ਨਹੀਂ ਕੋਈ ਸਿੰਗਰ ਇੰਨੀ ਹੇਕ ਇੱਥੇ ਲਾ। ਇੱਕ ਵਾਰੀ ਜਗਦੀਪ ਜੀ, ਮੈਂ ਉਹਦਾ ਸਿਫਤਾਂ ਨਹੀਂ ਕਰਨਾ ਚਾਹੁੰਦੀ ਹੈਗੀ ਆਪਣੀਆਂ, ਪਰ ਜੋ ਪਬਲਿਕ ਦੀ ਹੈਗੀ ਆ, ਹੈ ਨਾ, ਬੜਾ ਚੌਰ ਮੇਲਾ ਸੀ, ਬਹੁਤ ਵੱਡਾ ਮੇਲਾ ਸਾਡੇ ਇੱਥੇ ਇੰਡੀਆ ਦੇ ਵਿੱਚ, ਬੜਾ ਚੌਰ ਦੇ ਵਿੱਚ ਇੰਨੀ ਪਬਲਿਕ, ਉੱਥੇ ਮੇਰੇ ਹਿਸਾਬ ਨਾਲ ਕਾਫੀ ਗੈਦਰਿੰਗ ਸੀਗੀ। ਮੈਨੂੰ ਉੱਥੇ ਕਹਿੰਦੇ ਜੀ ਮਿਰਜ਼ਾ ਗਾਓ ਤੁਸੀਂ। ਅੱਛਾ ਜਗਦੀਪ ਜੀ, ਮੈਂ ਮਿਰਜ਼ਾ ਗਾਉਣਾ ਸਟਾਰਟ ਕੀਤਾ, ਉਦੋਂ ਮੈਂ ਗਾਉਂਦੀ ਵੀ ਚੌਥੇ ਕਾਲੇ ਤੋਂ ਹੁੰਦੀ ਸੀਗੀ, ਸੁਰ ਤੋਂ ਬਿਨਾਂ ਨਹੀਂ ਮਿਰਜ਼ਾ ਗਾਇਆ ਜਾਂਦਾ। ਬਿਲਕੁਲ ਬਿਲਕੁਲ, ਹਾਂਜੀ, ਚੌਥੇ ਕਾਲੇ ਤੋਂ ਜਦੋਂ ਮੈਂ, ਹੈ ਨਾ, ਹੇਕ ਲਾਈ, ਉਹ ਬੰਦਿਆਂ ਨੇ ਕੰਨਾਂ ਦੇ ਵਿੱਚ ਉਂਗਲਾਂ ਦੇ ਲੀਆਂ, ਕਹਿੰਦੇ ਹਾਏ ਹਾਏ ਹਾਏ,
ਕਹਿੰਦੇ ਕੁੜੀ ਦੀ ਇੰਨੀ ਆਵਾਜ਼ ਇਹਦੀ ਦੈਟਸ ਗੁੱਡ ਮਾਈਕ ਨਾਲੇ ਇੰਨੀ ਦੂਰ ਹੈ ਨਾ ਕਹਿੰਦੇ ਹਾਏ ਹਾਏ ਤਾਂ ਕਹਿੰਦੇ ਕੰਨਾਂ ਦੇ ਪੜਦੇ ਪੜ ਜਾਣੇ ਇੰਨੀ ਕੁੜੀ ਦੀ ਆਵਾਜ਼ ਔਰ ਐਡੀ ਲੰਮੀ ਹੇਕ ਕੁੜੀ ਨੇ ਲਾਈ ਹੈ ਨਾ ਤਾਂ ਮੈਂ ਕਹਿੰਦੀ ਮੈਨੂੰ ਮਿੰਟ ਉੱਥੇ ਖਰੇ 15-20 ਮਿੰਟ ਮੈਨੂੰ ਮਿਲੇ ਸੀਗੇ ਤਾਂ ਇੰਨੀ ਪਬਲਿਕ ਨੇ ਪਿਆਰ ਦਿੱਤਾ ਸਾਰੇ ਮੈਨੂੰ ਕੋ 100 ਦਾ ਕੋ 500 ਦਾ ਇੱਦਾਂ ਨੋਟ ਦੇਣ ਆ ਰਹੇ ਬਜ਼ੁਰਗ ਕਹਿੰਦੇ ਆਵਾਜ਼ ਅਸੀਂ ਮਤਲਬ ਇੱਦਾਂ ਦੀ ਆਵਾਜ਼ ਮਤਲਬ ਕਿਤੇ ਕਿਤੇ ਸੁਣਨ ਨੂੰ ਮਿਲਦੀ ਹਾਂਜੀ ਐਪਰੀਸ਼ੀਏਟ ਕਰਦੇ ਸੀ ਜੀ 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 ਫਿਰ ਆਪ ਨੂੰ ਵੀ ਬੰਦੇ ਨੂੰ ਮਾਣ ਮਹਿਸੂਸ ਹੁੰਦਾ ਯਾਰ ਬਿਲਕੁਲ ਕਿ ਜੋ ਕੁਛ ਮੈਂ ਕਰ ਰਹੀ ਹਾਂ ਜ਼ਿੰਦਗੀ 'ਚ ਨਾ ਅੱਛਾ ਕਰ ਰਹੀ ਹਾਂ ਜੀ 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 ਅੱਛਾ ਇਹ ਤਾਂ ਹੋ ਗਈ ਮਿਰਜ਼ੇ ਦੀ ਗੱਲ ਕਦੇ ਹੀਰ ਗਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਹੀਰ ਮੈਂ ਗਾਈ ਨਹੀਂ ਉੱਦਾਂ ਕਦੀ ਕਦੇ ਕ ਤਾਂ ਹੀ 2 ਕੁ ਲਾਈਨਾਂ ਜੀਆਂ ਗੁਣਗੁਣਾ ਲਈ ਦੀਆਂ ਤਾਂ ਹੀਰੇ ਆਖ ਦੀ ਵੇ ਜੋਗੀਆ ਝੂਠ ਬੋਲੇ ਵੇ ਕੌਣ ਰੁੱਠੜੇ ਯਾਰੇ ਮਨਾਮਦਾਈ ਜਦੋਂ ਕਾਲਜ ਦਾ ਕੋਈ ਫੰਕਸ਼ਨ ਹੋਣਾ ਨਾ ਸਾਰੇ ਸਟੂਡੈਂਟਸ ਨੇ ਕਹਿਣਾ ਉਹਨਾਂ ਨੂੰ ਕਿ ਸਰ ਪਲੀਜ਼ ਇੱਕ ਵਾਰੀ ਹੀਰ ਗਾਓ ਉਹਨਾਂ ਨੇ ਇੰਨੀ ਸੋਹਣੀ ਹੀਰ ਗਾਣੀ ਮੈਂ ਤਾਂ ਜਗਦੀਪ ਜੀ ਮੈਨੂੰ ਜ਼ਿਆਦਾ ਫੋਕ ਗਾਇਕੀ ਦੇ ਵਿੱਚ ਹੀ ਦਿੰਦੇ ਸੀ ਚਾਂਸ ਕਿਉਂਕਿ ਜਿਹੜਾ ਮੇਰਾ ਸੁਰ ਸੀਗਾ ਉਹ ਖੜਵਾਂ ਸੁਰ ਸੀ ਜਿੱਦਾਂ ਮਾਣਕ ਸਾਹਿਬ ਦਾ ਸੀਗਾ ਮੈਨੂੰ ਖੜਵੇਂ ਸੁਰ ਵਾਲੀ ਸੱਦ ਦਿੰਦੇ ਸੀ ਵੀ ਅੱਜ ਤਾਂ ਸਿੱਧਾ ਚੱਕ ਲਓ ਰੱਖ ਲਓ ਵਾਲਾ ਕੰਮ ਹੈ ਸਾਡੇ ਕੋਲ ਹਾਂਜੀ ਦੈਟਸ ਗੁੱਡ ਹੋਰ ਆਪਣਾ ਕਿਹੜਾ ਗੀਤ ਜਾਂ ਕਿਸੇ ਸਿੰਗਰ ਦਾ ਸੁਣਾਉਣਾ ਚਾਹੋਗੇ ਜਿਹੜਾ ਤੁਹਾਨੂੰ ਬਹੁਤ ਅੱਛਾ ਲੱਗਦਾ ਹੋਵੇ ਗਾਣੇ ਤਾਂ ਬਹੁਤ ਸਾਰੇ ਆ ਪਰ ਮੈਡਮ ਜੀ ਕਹਿੰਦੇ ਵੀ ਸੈਡ ਗਾਣੇ ਤੂੰ ਬਹੁਤ ਗਾਉਂਦੀ ਆ ਹਾਂ ਸੈਡ ਨਹੀਂ ਗਾਣਾ ਸੈਡ ਨਹੀਂ ਕਹਿੰਦੇ ਹਾਂਜੀ ਮੇਰਾ ਗਾਣਾ ਇੱਥੇ ਇੱਕ ਜਗਦੀਪ ਜੀ 2007 'ਚ ਰਿਲੀਜ਼ ਹੋਇਆ ਸੀਗਾ UK ਦੇ ਵਿੱਚ ਉਹ ਗਾਣਾ ਇੰਨਾ ਹਿੱਟ ਗਿਆ ਮੈਨੂੰ ਇੱਥੋਂ ਲੋਕ ਫੋਨ ਕਰਨ ਕਹਿੰਦੇ ਤੇਰਾ ਗਾਣਾ ਬਹੁਤ ਹਿੱਟ ਜਾ ਰਿਹਾ ਮੈਂ ਕਿਹਾ ਮੇਰਾ ਤਾਂ ਕੋਈ ਗਾਣਾ ਇੱਦਾਂ ਦਾ ਹੈ ਨਹੀਂ ਉਹਦੇ ਮੈਂ ਬੋਲ ਸੁਣਾਉਣ ਲੱਗੀ ਤੁਹਾਨੂੰ ਹੋ ਸਿਖਰ ਦੁਪਹਿਰੇ ਠੇਕਿਆਂ ਪੀ ਕੇ ਲਾਲ ਪਰੀ ਆਵੇ ਬੜਕਾ ਮਾਰਦਾ ਮੋਢੇ ਡਾਂਗ ਤਰੀ ਓ ਫੋਕਾ ਸਮਝੀ ਨਾ ਲਲਕਾਰਾ ਫੋਕਾ ਸਮਝੀ ਨਾ ਲਲਕਾਰਾ ਚੁੱਕ ਦੁ ਕੁਣਬ ਕਬੀਲਾ ਸਾਰਾ ਚੁੱਕ ਦੁ ਕੁਣਬ ਕਬੀਲਾ ਸਾਰਾ ਨੀ ਬੋਣੀ ਕਰਨੀ ਤੇਰੇ ਤੇ ਬੋਲ ਲੜਕਦੇ ਹੁਣ ਤੱਕ ਸੀਨੇ ਮੇਰੇ ਤੇ ਵੇ ਦਿਓਰਾ ਨਾ ਮਾਰੀ ਨਾ ਮਾਰੀ ਵੇ ਦਿਓਰਾ ਨਾ ਮਾਰੀ ਨਾ ਮਾਰੀ ਹਾੜਾਯੂ ਨਾ ਕਹਿਰ ਗੁਜ਼ਾਰੀ ਰੁਲਦੇ ਫਿਰਨ ਬਗਾਨੀ ਬਾਰੀ ਕਿਧਰੇ ਬਾਲ ਨਿਆਣੇ ਨਾ ਮੈਂ ਮਰ ਗਈ ਤਾਂ ਵੀਰ ਤੇਰੇ ਤੋਂ ਸਾਂਭੇ ਜਾਣੇ ਨਾ ਮੈਂ ਮਰ ਗਈ ਤਾਂ ਵੀਰ ਤੇਰੇ ਤੋਂ ਸਾਂਭੇ ਜਾਣੇ ਨਾ ਕਿਆ ਬਾਤ ਹੈ ਕਿਆ ਬਾਤ ਹੈ ਅੱਛਾ ਇਹ ਗੀਤ ਤੁਹਾਡਾ ਪਹਿਲਾਂ ਰਿਲੀਜ਼ ਸਭ ਤੋਂ ਪਹਿਲਾਂ ਰਿਲੀਜ਼ ਹੋਇਆ ਗਾਣਾ ਇਹ ਵਾਲਾ ਇਹ UK ਦੇ ਵਿੱਚ ਹਾਂਜੀ ਜੱਟ ਸ਼ਰਾਬੀ ਗਾਣਾ ਮੇਰਾ ਰਿਲੀਜ਼ ਹੋਇਆ ਸੀਗਾ ਇਹ ਤੁਸੀਂ ਆਪ ਇੰਡੀਆ 'ਚ ਸੀ ਹਾਂਜੀ ਹਾਂਜੀ ਮੈਨੂੰ ਕਹਿੰਦੇ ਵੀ ਤੇਰਾ ਗਾਣਾ ਬਹੁਤ ਹਿੱਟ ਜਾ ਰਿਹਾ ਮੈਂ ਕਹਾਂ ਮੇਰਾ ਗਾਣਾ ਹੀ ਨਹੀਂ ਅੱਛਾ 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 ਤੁਹਾਨੂੰ ਪਤਾ ਹੀ ਨਹੀਂ ਸੀ ਵੀ ਇੱਥੇ ਰਿਲੀਜ਼ ਗਾਣੇ ਇੱਥੇ ਕੀਤੇ ਬਹੁਤ ਸੀਗੇ ਪਤਾ ਹੀ ਨਹੀਂ ਸੀ ਕਿਹੜਾ ਗਾਣਾ ਕਿਹਦੇ ਨਾਲ ਕੀਤਾ
ਤਾਂ ਫਿਰ ਜੱਟ ਸ਼ਰਾਬੀ ਕਾਫੀ ਹਿੱਟ ਗਿਆ, ਫਿਰ ਇੱਕ ਤਾਰਾ ਵੱਜਦਾ, ਫਿਰ ਰਾਂਝਣਾ ਨੂਰ ਮਹਿਲ ਦੀ ਮੋਰੀ, ਇਹ ਵੀ ਗਾਣਾ ਅਜੀਤ ਭੋਗਲ ਹੋਣਾ ਨੇ ਕੀਤਾ ਸੀਗਾ। ਇਹਦੀ ਇੱਕ ਲਾਈਨ ਸੁਣ ਦੇ, ਫਿਰ ਤੁਹਾਡੇ ਦੋ ਗਾਣਿਆਂ ਤੇ ਆਉਂਦੇ ਆਪਾਂ। ਦਿਲ ਉੱਤੇ ਨਾ ਲਿਖਿਆ ਤੇਰਾ ਸੱਜਣਾ ਜੀ ਨਹੀਂ ਲੱਗਦਾ ਮੇਰਾ, ਹੁਣ ਤੇਰੇ ਹੱਥ ਮੇਰੀ ਡੋਰੀ ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ, ਹੋ ਚੱਲ ਵਿਆਹ ਕਰਵਾ ਲਈਏ ਰਾਂਝਣਾ ਤੂੰ ਕਾਲਾ ਮੈਂ ਗੋਰੀ। ਕਿਆ ਬਾਤ ਹੈ, ਰਾਂਝਣਾ ਤੂੰ ਕਾਲਾ ਮੈਂ ਗੋਰੀ, ਮੈਂ ਗੋਰੀ ਰਾਂਝਣ ਕਾਲਾ, ਰਾਂਝਣ ਕਾਲਾ। ਅੱਛਾ, ਜਿਹੜਾ ਤੁਹਾਡਾ ਫਿਰ ਦੁਗਾਨਿਆਂ ਵੱਲ ਝੁਕਾਵ ਹੋਇਆ, ਬੜੇ ਹਿੱਟ ਗਏ ਤੁਹਾਡੇ ਗਾਣੇ, ਮੈਂ ਜਿਹੜੇ ਹਲੇ ਵੀ ਰੇਡੀਓ 'ਤੇ ਲਗਾਉਂਦੀ ਹਾਂ, ਉਹਨਾਂ ਦਾ ਮੌਕਾ ਸਭ ਤੋਂ ਪਹਿਲਾਂ ਦੁਗਾਨਾ ਕਿਹਦੇ ਨਾਲ ਗਾਇਆ ਤੁਸੀਂ? ਸਭ ਤੋਂ ਪਹਿਲਾਂ ਤਾਂ ਜਗਦੀਪ ਜੀ, ਮੈਂ ਇੰਡੀਆ 'ਚ ਗਾਣੇ ਕੀਤੇ ਸੀਗੇ, ਮੇਰਾ ਇੱਕ ਗਾਣਾ ਚੱਲਿਆ ਸੀਗਾ ਕਾਫੀ ਚੱਲ, ਉਹ ਹਿੱਟ ਗਾਣਾ ਗਿਆ ਸੀ ਇੰਡੀਆ ਦੇ ਵਿੱਚ, ਤਾਂ ਮੇਰਾ ਸੀਗਾ ਉਹ ਸੀ ਮੇਰਾ ਕੇ ਐੱਸ ਗਿੱਲ ਸੀ, ਇਸ ਵੇਲੇ ਕੈਨੇਡਾ 'ਚ ਆ ਮੁੰਡਾ ਉਹ, ਉਹਨਾਂ ਦੇ ਨਾਲ ਮੇਰਾ ਗਾਣਾ ਆਇਆ ਸੀਗਾ। ਤਾਂ ਉਹ ਜਦੋਂ ਮੇਰਾ ਗਾਣਾ ਹਿੱਟ ਹੋਇਆ, ਮੈਂ ਗਾਣੇ ਦੇ ਵਿੱਚ ਨਾਂ ਨਹੀਂ ਸੀ ਆਪਣਾ ਦਿੱਤਾ ਕਿਉਂਕਿ ਮੇਰਾ ਕਿਸੇ ਨਾਲ ਕੋਂਟਰੈਕਟ ਸੀਗਾ। ਅੱਛਾ, ਚਲੋ ਹੁਣ ਤਾਂ ਫਿਨਿਸ਼ ਹੋ ਗਿਆ ਸਾਰਾ ਕੁਛ, ਤਾਂ ਮੇਰਾ ਕੋਂਟਰੈਕਟ ਸੀਗਾ, ਤਾਂ ਗਾਣਾ ਰਾਤ ਨੂੰ ਚੱਲਿਆ, ਤਾਂ ਲੋਕ ਸਵੇਰੇ ਕਹਿਣ ਯਾਰ ਕੁੜੀ ਦੀ ਪਾਕਿਸਤਾਨੀ ਆਵਾਜ਼ ਸੀਗੀ, ਬਹੁਤ ਸੋਹਣਾ ਗਾਣਾ ਕੁੜੀ ਨੇ ਗਾਇਆ, ਮੇਰੇ ਮੂੰਹ 'ਤੇ ਬੈਠੇ ਕਹੀ ਜਾਣ, ਹੁਣ ਮੈਂ ਦੱਸਣ ਜੋਗੀ ਵੀ ਨਹੀਂ ਮੇਰਾ ਗਾਇਆ ਗਾਣਾ। ਕਿਉਂ? ਅੱਛਾ, ਕਿਉਂਕਿ ਮੇਰਾ ਐਗਰੀਮੈਂਟ ਸੀ। ਅੱਛਾ, ਕਿਸੇ ਨਾਲ ਸੀਗਾ? ਹਾਂਜੀ, ਮੇਰਾ ਐਗਰੀਮੈਂਟ ਸੀ, ਮੈਂ ਦੱਸਾਂ ਨਾ ਕਿਸੇ ਨੂੰ ਵੀ ਇਹ ਤਾਂ ਮੇਰਾ ਗਾਇਆ ਹੋਇਆ ਗਾਣਾ। ਹਾਂਜੀ, ਦੈਟਸ ਨਾਈਸ ਜੀ। ਚਲੋ, ਐਟਲੀਸਟ ਲੋਕਾਂ ਨੂੰ ਤੁਹਾਡੀ ਆਵਾਜ਼ ਤਾਂ ਪਸੰਦ ਆਈ। ਉਹ ਗਾਣਾ ਬਹੁਤ ਹਿੱਟ ਗਿਆ ਸੀ ਮੇਰਾ ਇੰਡੀਆ ਦੇ ਵਿੱਚ, ਉਸ ਤੋਂ ਬਾਅਦ ਦੋ ਚਾਰ ਗਾਣੇ ਮੈਂ ਹੋਰ ਵੀ ਕੀਤੇ ਸੀ। ਵੈਸੇ ਮੈਂ ਨਾ ਡਿਊਟ ਗਾਇਕੀ ਮੈਂ ਕਰਨਾ ਨਹੀਂ ਸੀ ਚਾਹੁੰਦੀ। ਅੱਛਾ, ਮੈਂ ਪਰ ਮੈਨੂੰ ਤੁਹਾਡੇ ਡਿਊਟ ਤੇ ਗਾਣੇ ਬੜੇ ਸੋਹਣੇ ਲੱਗਦੇ। ਮੈਂ ਪਸੰਦ ਨਹੀਂ ਸੀ ਕਰਦੀ, ਪਰ ਫਿਰ ਵੀ ਟਾਈਮ ਜਿੱਦਾਂ ਜਿੱਦਾਂ ਲੋਕ ਜੋ ਲਾਈਕ ਕਰਦੇ ਉਸ ਹਿਸਾਬ ਦੇ ਨਾਲ ਆਪਾਂ ਉਧਰ ਨੂੰ ਹੋ ਗਏ। ਹਾਂਜੀ, ਫਿਰ ਡਿਊਟ ਵਾਲੇ ਆਪਣੇ ਦੋ ਤਿੰਨ ਜਿਹੜੇ ਹੈਗੇ ਨਾ ਜੀ, ਉਹਨਾਂ ਦੀਆਂ ਥੋੜੀ ਥੋੜੀ ਲਾਈਨਾਂ ਸੁਣਾਓ, ਤਾਂ ਕਿ ਮੈਂ ਤਾਂ ਰੇਡੀਓ 'ਤੇ ਬੈਠੀ ਰੌਲਾ ਪਾਉਂਦੀ ਰਹਿੰਦੀ ਹੈ ਕਿ ਸਾਡੀ ਜਸਵਿੰਦਰ ਜੱਸੀ ਦੀ ਆਵਾਜ਼ ਹੈ, ਦੁਨੀਆਂ ਨੂੰ ਪਤਾ ਤਾਂ ਲੱਗੇ ਵਾਕਿਆ ਜੱਸੀ ਦੀ ਆਵਾਜ਼ ਹੈ। ਹੋ ਤੇਰੀ ਬੜੀ ਮਾੜੀ ਅੱਖ ਰੱਖੀ ਹੋਰ ਪੈਂਦੀ ਸ਼ੱਕ, ਤੇਰੀ ਬੜੀ ਮਾੜੀ ਅੱਖ ਰੱਖੀ ਹੋਰ ਪੈਂਦੀ ਸ਼ੱਕ, ਤੂੰ ਤਾਂ ਪਹਿਲਾਂ ਬੜਾ ਹੋ ਤੂੰ ਤਾਂ ਪਹਿਲਾਂ ਬੜਾ ਚੰਗਾ ਹੁੰਦਾ ਸੀ ਵੇ, ਹੋ ਬੰਦਾ ਬਣ ਜਾ ਪਤੰਦਰਾ ਜੁੱਤੀਆਂ ਦਾ ਵਾਰ ਜੁਗਾ ਮੀ ਵੇ, ਹੋ ਬੰਦਾ ਬਣ ਜਾ ਗੱਭਰੂਆ ਚਿੱਤਰਾਂ ਦਾ ਵਾਰ ਜੁਗਾ ਮੀ ਵੇ, ਹੋ ਬੰਦਾ ਬਣ ਜਾ ਪਤੰਦਰਾ। ਕਿਆ ਬਾਤ ਹੈ, ਇਹ ਗਾਇਆ ਤੁਸੀਂ ਬੈਂਗਰ ਨਾਲ? ਹਾਂਜੀ। ਅੱਛਾ, ਤੇ ਤੁਸੀਂ ਉਹਦੇ ਨਾਲ ਵੀ ਸਿਵੀਆ ਨਾਲ ਵੀ, ਸੁੱਖੀ ਸਿਵੀਆ ਨਾਲ ਵੀ ਗਾਇਆ? ਨਹੀਂ, ਸੁੱਖੀ ਸਿਵੀਆ ਨਾਲ ਨਹੀਂ ਮੈਂ, ਸੁੱਖੀ ਸਿਵੀਆ ਨਾਲ ਨਹੀਂ ਗਾਇਆ? ਨਹੀਂ ਨਹੀਂ। ਅੱਛਾ, ਮੈਨੂੰ ਲੱਗਿਆ ਸਰਕਾਰਾਂ 'ਚ ਉਹਨਾਂ ਦਾ ਗਾਣਾ। ਨਹੀਂ, ਸਰਕਾਰਾਂ ਤਾਂ ਸੋਲੋ ਗੀਤ ਆ ਉਹਨਾਂ ਦਾ, ਸੋਲੋ ਜੀ। ਤੇ ਤੁਸੀਂ ਬਾਦਲ ਨਾਲ ਜਿਹੜਾ ਕੀਤਾ? ਬਾਦਲ ਨਾਲ ਵੀ ਸੁਣਾ ਦਿੰਦੇ, ਚਸਕਾ ਜਿਹੜਾ ਕਿ ਬਹੁਤ ਹੀ ਸਾਰੇ ਪਸੰਦ ਕਰਦੇ। ਹੋ ਮੈਂ ਕਿਆ ਕੱਲੀ ਕਿਤੇ ਮਿਲੇ ਨਾ ਮਿੱਤਰਾ, ਕਹਿੰਦੇ ਅੱਜ ਹਾਂ ਲੱਗੇ ਡਰ ਮਿੱਤਰਾ, ਮੈਂ ਦੁਪਹਿਰੇ ਦੇਖਿਆ ਸੀ ਨੀ ਤੇਰਾ ਬਾਪੂ ਖੇਤ ਨੂੰ ਜਾਂਦਾ, ਤੈਨੂੰ ਰੋਜ਼ ਨੀ ਤੈਨੂੰ ਰੋਜ਼ ਹੋ ਤੈਨੂੰ ਰੋਜ਼ ਮਿਲਣ ਦਾ ਨੀ ਸੋਹਣੀਏ ਚਸਕਾ ਲੱਗਦਾ ਜਾਂਦਾ। ਕਿਆ ਬਾਤ ਹੈ, ਕਿਆ ਬਾਤ ਹੈ। ਇਹ ਨਾ ਦੋਸਤੋ, ਕਈਆਂ ਨੂੰ ਪਤਾ ਨਹੀਂ ਕਿ ਜਸਵਿੰਦਰ ਜੱਸੀ ਦਾ ਗਾਇਆ ਹੋਇਆ ਗੀਤ ਹੈ ਇਹ। ਕਈਆਂ ਨੂੰ ਅਸੀਂ ਤਾਂ ਵੈਸੇ ਰੇਡੀਓ 'ਤੇ ਦੱਸਦੇ ਹਾਂ ਸਾਰਿਆਂ ਨੂੰ, ਲੇਕਿਨ ਮੈਂ ਅੱਜ ਤੁਹਾਨੂੰ ਇੱਥੇ ਵੀ ਦੱਸਾਂ ਕਿ ਜਿਹੜਾ ਇਹ ਓਰੀਜਨਲ ਗੀਤ ਹੈ ਇਹ ਬਾਦਲ ਸਾਹਿਬ ਨਾਲ ਜੱਸੀ ਜੀ ਨੇ ਗਾਇਆ, ਅਤੇ ਇਹ ਗੀਤ ਬਹੁਤ ਹੀ ਖੂਬਸੂਰਤ ਹੈ, ਲਿਖਿਆ ਕੁਲਦੀਪ ਮੱਲੀ ਜੀ ਨੇ,
ਲੇਕਿਨ ਉਸਦਾ ਮਿਊਜ਼ਿਕ ਮਿਲਦਾ ਅਮਨ ਹੇਅਰ ਜੀ ਨੇ ਬਣਾਇਆ ਸੀ, ਅਮਨ ਹੇਅਰ ਜੀ ਨੇ ਬਣਾਇਆ ਸੀਗਾ ਸਾਡੇ ਸ਼ਹਿਰ ਦਾ ਮੁੰਡਾ ਵੀ, ਤਾਂ ਬੜਾ ਖੂਬਸੂਰਤ ਮਿਊਜ਼ਿਕ ਉਹਦਾ ਔਰ ਗੀਤ ਬੜਾ ਸੋਹਣਾ, ਤੁਸੀਂ ਜਿੱਥੇ ਵੀ ਪਾਰਟੀਆਂ 'ਚ ਦੇਖੋਗੇ ਸੁਣੋਗੇ ਉਹ ਬਹੁਤ ਹੀ ਅੱਛਾ ਲੱਗਦਾ। ਹੋਰ ਕਿਹੜਾ ਤੁਹਾਡਾ ਡਿਊਟ ਸੀਗਾ? ਇੱਕ ਅਨਪੜ੍ਹ ਵੀ ਸੀ, ਹਾਂਜੀ ਦੇਖ ਲਓ ਮੈਨੂੰ ਸਾਰੇ ਪਤਾ ਜਿਹੜੇ ਮੈਂ ਰੇਡੀਓ 'ਤੇ ਲਾਉਂਦੀ ਹਾਂ, ਇਹ ਲਿਸਟ ਬਣੀ ਪਈ ਹੈ ਮੇਰੇ ਕੋਲ। ਅਨਪੜ੍ਹ ਵੀ ਸੀ, ਸੀਟੀਆਂ ਵੀ ਸੀਗਾ। ਅਨਪੜ੍ਹ ਵਾਲਾ ਸੁਣਾ। ਉਹ ਕਦੇ ਅੱਖਾਂ ਮਟਕਾਂ ਵੇ ਹੀਰੇ ਆਖ ਕੇ ਬੁਲਾਵੇ, ਕਦੇ ਆਉਂਦਾ ਜਾਂਦਾ ਗਲੀਆਂ 'ਚ ਖੜ ਕੇ ਮਾਰਦਾ ਸਲੂਟ ਮੈਨੂੰ, ਮਾਰਦਾ ਸਲੂਟ ਮੈਨੂੰ ਤੱਕ ਤੱਕ ਕੇ, ਹਟ ਜਾ ਗੱਭਰੂਆ ਹਟ ਜਾ, ਲੰਘਿਆ ਨਾ ਕਾਰੀ ਕੋਲੋਂ ਹੱਸ ਹੱਸ ਕੇ, ਹਟ ਜਾ ਗੱਭਰੂਆ ਹਟ ਜਾ, ਲੰਘਿਆ ਨਾ ਕਾਰੀ ਕੋਲੋਂ ਹੱਸ ਹੱਸ ਕੇ। ਕਿਆ ਬਾਤ, ਬਹੁਤ ਅੱਛਾ। ਹੋਰ ਕੀ ਸ਼ੌਕ ਹੈ ਤੁਹਾਡੇ, ਹੋਬੀਸ ਹੋਰ ਕੀ ਹੈ ਮਿਊਜ਼ਿਕ ਤੋਂ ਇਲਾਵਾ? ਮਿਊਜ਼ਿਕ ਤੋਂ ਟਾਈਮ ਤਾਂ ਆਪਣਾ ਭੱਜਿਆ ਜਾ ਰਿਹਾ ਨਾ। ਮੈਨੂੰ ਸ਼ੌਕ ਜਿੱਦਾਂ ਜ਼ਿਆਦਾ, ਤੁਸੀਂ ਇੰਡੀਆ ਕਬੱਡੀ ਖੇਡਦੇ ਰਹੇ ਹੋ ਛੋਟੇ ਹੁੰਦੇ? ਹਾਂਜੀ, ਸਪੋਰਟਸ ਦਾ ਜ਼ਿਆਦਾ, ਸਪੋਰਟਸ ਦਾ ਜ਼ਿਆਦਾ ਸ਼ੌਕ ਸੀ। ਫਿਰ ਸਪੋਰਟਸ ਨੂੰ ਇੱਥੇ ਕਿਉਂ ਨਹੀਂ ਕੈਰੀ ਔਨ ਰੱਖਿਆ? ਹੁਣ ਵੀ ਇੱਥੇ ਮੈਂ ਟੋਲੇ ਟੁਲੇ ਮਾਰਦੀ ਹਾਂ। ਅੱਛਾ, ਡੁੰਬਲ ਡੁੰਬਲ ਲਾਈਦੇ ਆ ਜਿਮ 'ਚ ਜਾ ਕੇ? ਅੱਛਾ, ਹਾਂਜੀ, ਦੈਟਸ ਗੁੱਡ। ਅਤੇ ਜੇ ਇੱਥੇ ਕੋਈ ਸਿਹਤ ਤੋਂ ਨਹੀਂ ਲੱਗਦਾ ਤੁਹਾਨੂੰ, ਜੇ ਇੱਥੇ ਕੋਈ ਕੁਸ਼ਤੀਆਂ ਦਾ ਉਹ ਕਰਾਵੇ ਕੰਪੀਟੀਸ਼ਨ ਜਾਂ ਕੁਸ਼ਤੀ? ਮੈਂ ਆਪਣੇ ਮੁੰਡੇ ਨਾਲ ਬਹੁਤ ਕਰਦੀ, ਮੇਰਾ ਮੁੰਡਾ ਬਹੁਤ ਘੁਲਦਾ ਮੈਨੂੰ। ਨਹੀਂ, ਕਬੱਡੀਆਂ ਦਾ ਜੇ ਹੋਵੇ ਤੁਸੀਂ ਇੰਡੀਆ, ਹੁਣ ਨਹੀਂ ਜੀ, ਨਹੀਂ ਕੁੜੀਆਂ ਦੀ ਟੀਮ ਬਣਾ ਸਕਦੇ ਹੋ? ਮੈਨੂੰ ਬਹੁਤ ਵਾਰੀ ਕਿਹਾ, ਕੋਚਿੰਗ ਕਰ ਸਕਦੇ ਹੋ? ਹਾਂਜੀ, ਕਿਹਾ ਆ ਮੈਨੂੰ, ਕਹਿੰਦੇ ਵੀ ਮਤਲਬ ਕੁੜੀਆਂ ਦੀ ਟੀਮ ਦੀ ਜੇ ਤੂੰ ਕੋਚ, ਪਰ ਮੈਂ ਕਿਹਾ ਨਹੀਂ ਹੋਣਾ ਹੁਣ। ਕਿਉਂਕਿ ਗਾ? ਨਹੀਂ, ਕੋਚਿੰਗ ਕਰਨ ਨੂੰ ਤਾਂ ਕੋਈ ਮਾੜੀ ਨਹੀਂ। ਜਗਦੀਪ ਜੀ, ਜਿਹੜੀ ਲਾਈਨ 'ਚ ਮੈਂ ਹੁਣ ਹੈਗੀ ਉਹ 'ਚੋਂ ਹੀ ਨਹੀਂ ਟਾਈਮ ਹੈਗਾ ਮੇਰਾ, ਬਿਜ਼ੀ ਹੋਣ। ਹਾਂਜੀ, ਸੱਚੀ ਗੱਲ ਹੈ, ਤੁਹਾਡੇ ਕੋਲ ਸ਼ੋਜ਼ ਇੰਨੇ ਜ਼ਿਆਦਾ ਹੈ ਨਾ ਜੀ, ਕਿ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਸਾਰੇ ਪਾਸੇ ਨਹੀਂ ਦੌੜ ਹੁੰਦਾ। ਹਾਂ, ਪਰ ਇਹ ਸ਼ੌਕ ਸੀ ਤੁਹਾਨੂੰ ਸਪੋਰਟਸ, ਹੋਰ ਕਿਹੜੀ ਸਪੋਰਟਸ ਕਰਦੇ ਸੀਗੇ? ਪਹਿਲਾਂ ਜਿੱਦਾਂ ਸਕੂਲਾਂ ਕਾਲਜਾਂ ਦੇ ਵਿੱਚ ਜੈਵਲਿਨ ਥਰੋ ਹੋ ਗਿਆ, ਉਹ ਸਿੜਦੇ ਹੁੰਦੇ, ਹਾਂਜੀ ਉਹ ਸਾਰੇ ਕਰੀਦੇ ਹੁੰਦੇ ਸੀਗੇ। ਇਕੱਲੇ ਤੁਸੀਂ ਨਹੀਂ ਕੀਤੇ, ਮੈਂ ਵੀ ਕੀਤੇ ਜੀ, ਤਾਂ ਹੀ ਦੋਨਾਂ ਦੀ। ਉਦਾਂ ਮੈਂ ਹਾਕੀ ਵੀ, ਮੈਨੂੰ ਪਹਿਲਾਂ ਕਾਲਜ 'ਚ ਖਿਡਾਉਂਦੇ ਰਹੇ ਆ, ਹਾਕੀ ਦੀ ਵੀ ਸੀਗੀ ਮੈਂ ਮਾੜੀ, ਬਾਸਕਟਬਾਲ, ਵਾਲੀਬਾਲ, ਸਾਰਾ ਕੁਝ ਹੀ ਕੀਤਾ ਸੀ। ਅੱਛਾ ਅੱਛਾ ਅੱਛਾ, ਤੇ ਜ਼ਿਆਦਾ ਕਬੱਡੀ ਮੇਨ ਸੀਗੀ ਮੇਰੀ, ਜ਼ਿਆਦਾ ਕਬੱਡੀ ਸੀ। ਹਾਂਜੀ, ਹਾਂ, ਤੇ ਹੋਰ ਕੀ ਹੋਬੀ ਹੈ ਤੁਹਾਡੀ ਸਪੋਰਟਸ ਤੋਂ ਇਲਾਵਾ? ਸਪੋਰਟਸ ਤੋਂ ਇਲਾਵਾ ਕੋਈ ਕੁਝ ਕਰਦੇ ਹੋ? ਕੁਕਿੰਗ ਵੀ ਕਰ ਲਈਦੀ ਆ, ਹਾਂਜੀ, ਰਿਆਜ਼ ਵਗੈਰਾ ਕਰੀਦਾ ਆ। ਤਾਂ ਰਿਆਜ਼ ਹਰ ਰੋਜ਼ ਕਰਦੇ ਹੋ? ਹਾਂਜੀ, ਜਦੋਂ ਟਾਈਮ ਲੱਗਦਾ। ਮੈਂ ਵੈਸੇ ਜਦੋਂ ਵੋਕਲ ਖੋਲ੍ਹਣ ਵਾਸਤੇ ਜਦੋਂ ਮੈਂ ਸ਼ੋਅ 'ਤੇ ਵੀ ਜਾਣਾ ਹੁੰਦਾ, ਮੈਂ ਸਾਰੇ ਰਾਹ ਹੀ ਰਿਆਜ਼ ਕਰਦੀ ਜਾਂਦੀ ਹੁੰਦੀ। ਅੱਛਾ, ਰਸਤੇ 'ਚ? ਹਾਂਜੀ, ਘਰ ਨਹੀਂ ਕਰਦੇ, ਰਸਤੇ 'ਚ ਕਰਦੇ ਜਾਂਦੇ? ਘਰੇ ਵੀ ਕਰੀਦਾ, ਇੱਕ ਦਿਨ ਪਹਿਲਾਂ ਕਰੀਦਾ। ਬਿਲਕੁਲ ਜੀ, ਕਿਉਂਕਿ ਕੋਈ ਵੀ ਚੀਜ਼ ਹੈ ਨਾ, ਰਿਆਜ਼ ਕਰਨੀ ਚਾਹੀਦੀ ਹੈ। ਅੱਜ ਵੀ ਮੈਂ, ਅੱਜ ਹੱਸਦੀ ਸੀ ਮੈਂ ਰਾਣੀ ਭੈਣ ਜੀ ਉਹਨਾਂ ਨੂੰ, ਹਾਂਜੀ, ਅਤੇ ਰਾਣੀ ਭੈਣ ਜੀ ਨਹੀਂ, ਕਹਿੰਦੇ ਸੀ ਮੇਰੇ ਨਾਲ ਚੱਲ ਜੇ ਥੋੜ੍ਹਾ ਜਿਹਾ ਹੈਗਾ ਟਾਈਮ ਤਾਂ। ਮੈਂ ਕਿਹਾ ਭੈਣ ਜੀ ਮੈਂ ਹਜੇ ਜਾਣਾ, ਮੈਂ ਹਜੇ ਤਿਆਰ ਤੁਰ ਹੋਣਾ ਅਤੇ ਨਾਲੇ ਮੈਂ ਥੋੜ੍ਹਾ ਜਿਹਾ ਹੇਕਾਂ ਹੁੱਕਾਂ ਲਾਉਣੀਆਂ ਘਰ ਜਾ ਕੇ। ਕਹਿੰਦੇ ਅੱਛਾ, ਮੈਂ ਕਿਹਾ ਵੀ ਥੋੜ੍ਹੀ ਜਿਹੀ ਪ੍ਰੈਕਟਿਸ ਕਰਕੇ ਮੈਂ ਫਿਰ ਹੀ ਕਰ ਦਿੰਦੀ। ਕਿਤੇ ਵੀ ਜਾਣਾ ਹੋਵੇ ਐਂ ਕਰੋ, ਹੁਣ ਥੋੜ੍ਹੀਆਂ ਬੋਲੀਆਂ ਦਾ ਭੰਡਾਰ ਥੋੜ੍ਹਾ ਜਿਹਾ ਕਰ ਦਿਓ। ਤੁਹਾਡੀਆਂ ਬੋਲੀਆਂ ਬੜੀ ਮਸ਼ਹੂਰ ਹੈ, ਬੋਲੀਆਂ ਕਿੱਦਾਂ ਦੀਆਂ ਸੁਣਨੀਆਂ ਤੁਸੀਂ? ਨਹੀਂ, ਕੋਈ ਐਸੇ ਬੋਲੀਆਂ ਦੇ, ਬੋਲੀਆਂ ਦੇ ਵੀ ਪਰਿਵਾਰਿਕ ਹੋਣ, ਬੋਲੀਆਂ ਦੇ ਵੀ ਕਈ ਕੈਟਾਗਰੀਆਂ ਹੁੰਦੀਆਂ, ਜਿਹੜੀ ਪਰਿਵਾਰਿਕ ਹੋਣ ਥੋੜੀਆਂ ਜਿਹੀਆਂ ਬੋਲੀਆਂ, ਤਾਂ ਕਿ ਸਾਡੇ ਦੋਸਤਾਂ ਨੂੰ ਪਤਾ ਲੱਗੇ ਨਾ ਵੀ ਲੇਡੀ ਸੰਗੀਤ ਕਰਦੀ ਹੈ, ਤਾਂ ਕੁਛ ਬੋਲੀਆਂ ਨਾਲ ਵੀ ਉੱਥੇ ਰੌਣਕ ਵੀ ਲਗਾਉਂਦੀ ਹੋਣੀ ਜੀ। ਹੋ ਜੇ ਮਾਮੀ ਤੂੰ ਨੱਚਣਾ ਜਾਣਦੀ, ਦੇ ਦੇ ਗਿੱਧੇ ਵਿੱਚ ਗੇੜਾ ਨੀ, ਜੇ ਮਾਮੀ ਤੂੰ ਨੱਚਣਾ ਜਾਣਦੀ, ਜੇ ਮਾਮੀ ਤੂੰ ਨੱਚਣਾ ਜਾਣਦੀ, ਦੇ ਦੇ ਗਿੱਧੇ ਵਿੱਚ ਗੇੜਾ ਨੀ, ਰੂਪ ਤੇਰੇ ਦੀ ਗਿੱਠ ਗਿੱਠ ਲਾਲੀ, ਨੀ ਰੂਪ ਤੇਰੇ ਦੀ ਗਿੱਠ ਗਿੱਠ ਲਾਲੀ, ਤੇਥੋਂ ਸੋਹਣਾ ਕਿਹੜਾ ਦੀਵਾ ਕੀ ਕਰਨਾ, ਨੀ ਚਾਨਣ ਹੋ ਜੂ ਤੇਰਾ ਦੀਵਾ ਕੀ ਕਰਨਾ,
ਚਾਨਣ ਹੋ ਜੂ ਤੇਰਾ ਦੀਵਾ ਕੀ ਕਰੀ ਨਾ ਹੋ ਸੋਹਣੀ ਸੋਹਣੀ ਹਰ ਕੋਈ ਕਹਿੰਦਾ ਸੋਹਣੀ ਚੜੀ ਚੁਬਾਰੇ ਬੇ ਸੋਹਣੀ ਸੋਹਣੀ ਹਰ ਕੋਈ ਕਹਿੰਦਾ ਹਾਏ ਹਾਏ ਹੋ ਸੋਹਣੀ ਸੋਹਣੀ ਹਰ ਕੋਈ ਕਹਿੰਦਾ ਸੋਹਣੀ ਚੜੀ ਚੁਬਾਰੇ ਹੋ ਨੀ ਕਦ ਉਤਰੇਗੀ ਓਏ ਪੰਛੀ ਮਰ ਗਏ ਪਾਲੇ ਨੀ ਕਦ ਉਤਰੇਗੀ ਪੰਛੀ ਮਰ ਗਏ ਪਾਲੇ ਨੀ ਕਦੀ ਉਤਰੇਗੀ ਬਸ ਕਰੀਏ ਇੱਕ ਹੋਰ ਆਵੇ ਹੋਰ ਆਵੇ ਦੋ ਹੋਰ ਆ ਓਏ ਮਾਮਾ ਆਇਆ ਕੀ ਕੁਝ ਲਿਆਇਆ ਜਗਦੀ ਪਿਆਈ ਕੀ ਕੁਝ ਲਿਆਈ ਓ ਲਿਆਈ ਬੋਕ ਦੀਆਂ ਟੰਗਾਂ ਨੀ ਵਿੱਚ ਸ਼ਰੀਕੇ ਦੇ ਪੋਰਾ ਪੋਰਾ ਵੰਡਣ ਵਿੱਚ ਸ਼ਰੀਕੇ ਦੇ ਪੋਰਾ ਪੋਰਾ ਵੰਡਣ ਵਿੱਚ ਸ਼ਰੀਕੇ ਦੇ ਪੋਰਾ ਪੋਰਾ ਵੰਡਾ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਅੱਛੀਆਂ ਲੱਗਦੀਆਂ ਬੋਲੀਆਂ ਜਿਹੜੀਆਂ ਟ੍ਰੈਡੀਸ਼ਨਲ ਬੋਲੀਆਂ ਆਪਣੀ ਹੁੰਦੀਆਂ ਆਵੇ ਨਾਜਰਾ ਬਹਿਵੇ ਨਾਜਰਾ ਬੋਤਾ ਬਨ ਦਰਵਾਜੇ ਬਈ ਬੋਤੇ ਤੇਰੇ ਨੂੰ ਕਾਦਾ ਟੋਕਰਾ ਓਏ ਬੱਲੇ 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 ਬੋਤੇ ਤੇਰੇ ਨੂੰ ਕਾਦਾ ਟੋਕਰਾ ਤੈਨੂੰ ਦੋ ਪਰਛਾਦੇ ਨਿਮਹਿ ਟਕਤ ਦੀਦੀ ਗੂੰਜ ਸੁਣੇ ਦਰਵਾਜੇ ਨਿਮਹਿ ਟਕਤ ਦੀਦੀ ਗੂੰਜ ਸੁਣੇ ਦਰਵਾਜੇ ਨਿਮਹਿ ਟਕਤ ਦੀਦੀ ਉੱਚੇ ਟਿਬੇ ਮੇਰੀ ਬੋਤੀ ਚੜਦੀ ਨੀਵੇਂ ਕਰਦੀ ਲੇਡੇ ਬੇ ਉੱਚੇ ਟਿਬੇ ਮੇਰੀ ਬੋਤੀ ਚੜਦੀ ਹੋ ਉੱਚੇ ਟਿਬੇ ਮੇਰੀ ਬੋਤੀ ਚੜਦੀ ਨੀਵੇਂ ਕਰਦੀ ਲੇਡੇ ਤੋਰ ਛਕੀ ਨਾ ਦੀ ਤੂੰ ਕੀ ਜਾਣਦੀ ਪੇਡੇ ਤੋਰ ਛਕੀ ਨਾ ਦੀ ਤੂੰ ਕੀ ਜਾਣਦੀ ਪੇਡੇ ਤੋਰ ਛਕੀ ਨਾ ਦੀ ਕਿਆ ਬਾਤ ਹੈ ਕਿਆ ਬਾਤ ਹੈ ਨਾ ਸੋਹਣੀ ਵੱਲ ਮੈਨੂੰ ਇਸ਼ਾਰਾ ਕੀਤਾ ਤੁਸੀਂ ਘੱਟ ਸੋਹਣੇ ਹੋ ਆਪਣੀ ਤਾਰੀਫ ਮੈਂ ਆਪ ਥੋੜ੍ਹਾ ਕਰੂੰਗੀ ਤੁਸੀਂ ਕਰੋ ਮੇਰੀ ਮੈਂ ਤਾਂ ਕੀਤੀ ਕਿ ਤੁਸੀਂ ਇੰਨੇ ਸੋਹਣੇ ਮੈਂ ਘੱਟ ਕੀਤੀ ਜਦੋਂ ਮੈਂ ਸ਼ੁਰੂ ਕਰਨ ਵੇਲੇ ਮੇਰੇ ਤੇ ਗਾ ਦਿਓ ਕੋਈ ਗਾਣਾ ਜਿਵੇਂ ਗਾਣੇ ਗਾਣ ਵਾਲੀ ਹੁੰਦੀ ਤਾਂ ਗੱਲ ਕੀ ਸੀਗਾ ਹੋਰ ਤੁਹਾਨੂੰ ਫਿਰ ਕਿੰਨੇ ਕਿੰਨੇ ਸਪੋਰਟ ਕੀਤਾ ਵਾਇਲ ਮਿਊਜ਼ਿਕ 'ਚ ਚੱਲ ਰਹੇ ਹੋ ਤੁਸੀਂ ਪ੍ਰੋਗਰਾਮਾਂ 'ਤੇ ਜਾਂਦੇ ਹੋ ਮਿਊਜ਼ਿਕ ਵਿੱਚ ਸਪੋਰਟ ਜਿਹੜੇ ਕਰ ਰਹੇ ਜੀ ਆਪਣੇ ਜੈਸੀ ਕੌਰ ਜੀ ਮੈਨੂੰ ਕਾਫੀ ਸਪੋਰਟ ਕਰ ਰਹੇ ਆ ਅਤੇ ਤੁਸੀਂ ਵੀ ਕਾਫੀ ਸਪੋਰਟ ਕਰਦੇ ਮੈਨੂੰ ਅਤੇ ਜੈਸੀ ਕੌਰ ਮੇਰੀ ਫਰੈਂਡ ਆ ਮੇਰੀ ਮੈਨੇਜਰ ਵੀ ਆ ਉਹ ਮੈਨੂੰ ਕਾਫੀ ਸਪੋਰਟ ਕਰਦੀ ਆ ਹਾਂ ਮੈਂ ਇੱਕ ਗੱਲ ਹੋਰ ਕਹਿਣਾ ਭੁੱਲ ਗਈ ਕਿ ਬੋਲੀਆਂ ਦੇ ਵਿੱਚ ਮੇਰੇ ਨਾਲ ਜਿਹੜੇ ਸਾਡੇ ਸ਼ਿਵਾਨੀ ਜੀ ਆ ਸੱਚੀ ਗੱਲ ਸ਼ਿਵਾਨੀ ਜੀ ਨੇ ਮੈਨੂੰ ਸਪੋਰਟ ਕੀਤੀ ਉਹਨਾਂ ਨੇ ਹਾਂਜੀ ਹਾਂਜੀ ਉਹਨਾਂ ਨੇ ਮੇਰੇ ਨਾਲ ਗਾਇਆ ਔਰ ਮੇਰੀ ਸਪੋਰਟ ਕੀਤੀ ਬਹੁਤ ਬਹੁਤ ਉਹਨਾਂ ਦਾ ਵੀ ਥੈਂਕ ਯੂ ਆ ਜੀ ਸ਼ਿਵਾਨੀ ਜੀ ਦਾ ਬਹੁਤ ਬਹੁਤ ਅਤੇ ਜੈਸੀ ਕੌਰ ਦਾ ਵੀ ਬਹੁਤ ਬਹੁਤ ਥੈਂਕ ਯੂ ਜਿਹੜੇ ਆਲਵੇਜ ਮੈਨੂੰ ਸਪੋਰਟ ਕਰਦੇ ਨੇ ਸਾਥ ਦੇ ਰਹੇ ਆਈ ਥਿੰਕ ਸ਼ੀ ਇਜ਼ ਗ੍ਰੇਟ ਸ਼ੀ ਇਜ਼ ਵੰਡਰਫੁਲ ਜੀ ਤੇ ਅਖੀਰ ਵਿੱਚ ਕੀ ਮੈਸੇਜ ਦਿਓਗੇ ਟਾਈਮ ਤਾਂ ਭੱਜਿਆ ਗਿਆ ਆਪਣਾ ਹਾਂਜੀ ਜਿਉਂਦੇ ਵਸਤੇ ਰਹੋ ਰੱਬ ਤੁਹਾਡੀ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਅਤੇ ਚੰਗਾ ਸੁਣੋ ਚੰਗਾ ਦੇਖੋ ਬਿਲਕੁਲ ਚੰਗਾ ਗਾਓ ਚੰਗਾ ਗਾਓ ਜਿਹੜੇ ਵੀ ਗਾ ਰਹੇ ਚੰਗਾ ਗਾਣ ਜੇ ਨਹੀਂ ਵੀ ਆਉਂਦਾ ਉਹ ਵੀ ਗਾਓ ਅੱਛਾ ਉਹ ਕਿਵੇਂ ਗਾਣ ਕੁਛ ਤਾਂ ਗਾਓ ਜਿਹਨਾਂ ਨਹੀਂ ਆਉਂਦਾ ਉਹ ਨਹੀਂ ਗਾ ਸਕਦੇ ਨਹੀਂ ਨਹੀਂ ਐਸੀ ਗੱਲ ਨਹੀਂ ਹੈਗੀ ਅੱਛਾ ਤੁਹਾਨੂੰ ਲੱਗਦਾ ਵੀ ਗੁਣਗੁਣਾਉਣਾ ਬੇਸ਼ੱਕ ਉਹ ਸੁਰ 'ਚ ਨਾ ਗਾਉਣ ਪਰ ਗੁਣਗੁਣਾਉਂਦੇ ਜ਼ਰੂਰ ਆ ਮੈਂ ਉਹਨਾਂ 'ਚੋਂ ਹੀ ਆ ਨਾ ਨਹੀਂ 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 ਤੁਹਾਡੀ ਆਵਾਜ਼ ਸੋਹਣੀ ਆ ਅੱਛਾ ਹਾਂਜੀ ਹਾਂਜੀ ਚਲੋ ਸ਼ੁਕਰੀਆ ਜੀ ਜੱਸੀ ਨੇ ਪਾਸ ਕਰਤੀ ਨਹੀਂ ਨਹੀਂ ਆਵਾਜ਼ ਸੋਹਣੀ ਤੁਹਾਡੀ ਅੱਛਾ ਚਲੋ ਦੱਸ ਬਹੁਤ ਸ਼ੁਕਰੀਆ ਜੱਸੀ ਜੀ ਥੈਂਕ ਯੂ ਸਾਡੇ ਕੰਚ ਟੀਵੀ ਦੇ ਵਿਹੜੇ ਵਿੱਚ ਆਏ ਤੁਸੀਂ ਇੰਨਾ ਕੁਝ ਸੁਣਾਇਆ ਸਾਡੇ ਦੋਸਤਾਂ ਨੂੰ ਬਾਹਰ ਬੈਠਿਆਂ ਨੂੰ ਸੋ ਆਈ ਥਿੰਕ ਯੂ ਆਰ ਵੰਡਰਫੁਲ ਕੀਪ ਅਪ ਦਾ ਗੁੱਡ ਵਰਕ ਆਪਣਾ ਰੱਬ ਤੁਹਾਨੂੰ ਬਹੁਤ ਤਰੱਕੀਆਂ ਦੇਵੇ ਸਾਡੀ ਇਹੀ ਅਰਦਾਸ ਹੈ ਕਿ ਹਮੇਸ਼ਾ ਤਰੱਕੀਆਂ ਵੱਲ ਜਾਓ ਤੁਸੀਂ ਹੋਰ ਕੁੜੀਆਂ ਨੂੰ ਵੀ ਨਾਲ ਲਗਾਓ ਤਾਂ ਕਿ ਸਭ ਨੂੰ ਟ੍ਰੇਨ ਕਰੋ ਤੁਸੀਂ ਜ਼ਿੰਦਗੀ 'ਚ ਨਾ ਕਹਿੰਦਾ ਇਨਸਾਨ ਇਹ ਐਸਾ ਹੋਣਾ ਚਾਹੀਦਾ ਕਿ ਕੁਛ ਦੇ ਕੇ ਜਾਵੇ ਜੀ 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 ਨਾਲ ਤਾਂ ਕੋਈ ਲੈ ਕੇ ਨਹੀਂ ਜਾਂਦਾ ਬਹੁਤ ਬਹੁਤਿਆਂ ਦੀ ਸਪੋਰਟ ਕਰਦੀ ਹਾਂ ਜਗਦੀਪ ਜੀ ਪਰਮਾਤਮਾ ਜਾਣਦਾ ਜਾਂ ਜਿਨ੍ਹਾਂ ਦੀ ਕੀਤੀ ਆ ਜਾਂ ਜਿਨ੍ਹਾਂ ਦੀ ਕਰ ਰਹੀ ਹਾਂ ਉਹ ਜਾਣਦੇ ਆ ਸਾਰੇ ਥੈਂਕ ਯੂ ਸੋ ਮਚ ਆਪਣੇ ਮੂੰਹੋਂ ਮੀਆਂ ਮਿੱਠੂ ਨਹੀਂ ਮੈਂ ਬਣਨਾ ਚਾਹੁੰਦੀ ਥੈਂਕ ਯੂ ਆਈ ਨੋ ਯੂ ਸਪੋਰਟ ਐਵਰੀਵਨ
ਥੈਂਕ ਯੂ ਜੱਸੀ ਜੀ, ਥੈਂਕ ਯੂ। ਲੋ ਦੋਸਤੋ, ਸ਼ੁਕਰੀਆ ਅਦਾ ਕਰਾਂਗੇ ਅਸੀਂ ਜੱਸੀ ਜੀ ਦਾ, ਸਾਡੇ ਜਸਵਿੰਦਰ ਜੱਸੀ ਜੀ ਦਾ, ਜਿਨ੍ਹਾਂ ਨੇ ਸਾਡੇ ਇੱਥੇ ਆ ਕੇ ਆਪਣੀਆਂ ਕਹਾਣੀਆਂ ਸੁਣਾਈਆਂ। ਕੀ ਕੁਛ ਗਾ ਲੈਂਦੇ ਹੈ, ਮੈਨੂੰ ਤਾਂ ਕਈ ਕੁਛ ਪਤਾ ਵੀ ਨਹੀਂ ਸੀ ਕੀ ਕੁਛ ਗਾ ਲੈਂਦੇ ਹੈ, ਲੇਕਿਨ ਸ਼ੀ ਇਜ਼ ਵੰਡਰਫੁੱਲ। ਆਪਣਾ ਖਿਆਲ ਰੱਖਣਾ, ਕਿਸੇ ਦਾ ਵੀ ਖਿਆਲ ਰੱਖਣਾ, ਉੱਪਰ ਵਾਲਾ ਤੁਹਾਡਾ ਖਿਆਲ ਰੱਖੇਗਾ। ਹੁਣ ਮੈਂ ਆਵਾਂਗੀ ਟਿਊਜ਼ਡੇ ਕੰਪਟੀਸ਼ਨ ਲੈ ਕੇ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।